ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰੇ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਅੱਛਾ ਕਿ ਸਾਰੇ ਤੁਸੀਂ ਇਕੱਠੇ ਹੋਏ ਹੋ ਔਰ ਯੂਨੋ ਮਿਲ ਕੇ ਬੈਠੇ ਹੋ, ਧਿਆਨ ਨਾਲ ਗੱਲ ਸੁਣਿਓ। ਮੈਨੂੰ ਲੱਗਦਾ ਕਈ ਵਾਰੀ ਮੇਰੀ ਪੋਜੀਸ਼ਨ ਬੜੀ ਔਕਵਰਡ ਹੋ ਜਾਂਦੀ ਹੈ ਕਿਉਂਕਿ ਬੜੇ ਸਾਰੇ ਕਿੱਸੇ ਕਈ ਵਾਰੀ ਇੱਕੋ ਟਾਈਮ 'ਤੇ ਐਸੇ ਆ ਰਹੇ ਹੁੰਦੇ ਹੈ ਜਿਹੜੇ ਕਿ ਬੜੀ ਅਟੈਨਸ਼ਨ ਮੰਗਦੇ ਹੈ। ਯੂ ਨੋ ਐਜ਼ ਅ ਕਲੀਨੀਸ਼ੀਅਨ, ਐਜ਼ ਅ ਸਾਈਕੋਲੋਜਿਸਟ, ਥੈਰੇਪਿਸਟ, ਆਈ ਨੋ ਕਿ ਸਾਡੀ ਟ੍ਰੇਨਿੰਗ ਹੋਈ ਹੋਈ ਹੈ ਕਿ ਆਪਣੇ ਆਪ ਨੂੰ ਉਸ 'ਚੋਂ ਅਲੱਗ ਕਿਵੇਂ ਰੱਖਣਾ, ਪਰ ਫਿਰ ਵੀ ਬੀਇੰਗ ਅ ਹਿਊਮਨ ਤੁਸੀਂ ਜਦੋਂ ਬੜੇ ਓਵਰਵੈਲਮਿੰਗ ਜੇ ਕੇਸਿਸ ਜਿਹੜੇ ਯੂ ਨੋ ਇੰਝ ਲੱਗਦਾ ਕਿ ਹਾਏ ਇਸ ਤਰ੍ਹਾਂ ਕਿਉਂ, ਜਿਹੜਾ ਵੀ ਇਨਵੋਲਵਡ ਹੈ ਉਹ ਬੜਾ ਭੁਗਤ ਰਿਹਾ, ਬੜਾ ਸਫਰ ਕਰ ਰਿਹਾ। ਔਰ ਮੈਂ ਅਕਸਰ ਕਿਹਾ ਕਿ ਕਈ ਵਾਰੀ ਸਿਚੁਏਸ਼ਨ ਕੀ ਹੈ ਉਹ ਇੰਨੀ ਇੰਪੋਰਟੈਂਟ ਨਹੀਂ ਹੁੰਦੀ, ਪਰ ਕੋਈ ਵੀ ਇਨਸਾਨ ਉਹਨੂੰ ਕਿਵੇਂ ਲੈ ਰਿਹਾ ਹੁੰਦਾ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਸੋ ਰੀਜ਼ਨ ਮੇ ਬੀ ਐਨੀ, ਭਾਵੇਂ ਤੁਹਾਡੀ ਸਿਚੁਏਸ਼ਨ ਜਾਂ ਤੁਹਾਡਾ ਮਾਨਸਿਕ ਸਥਿਤੀ, ਯੂ ਨੋ ਸਟੇਟ ਆਫ ਮਾਇੰਡ ਤੁਹਾਨੂੰ ਸਫਰ ਕਰਾ ਰਿਹਾ। ਸੋ ਕਈ ਵਾਰੀ ਬੜਾ ਮਾਈ ਹਾਰਟ ਗੋਜ਼ ਆਊਟ ਟੂ ਆਲ ਦੋਜ਼ ਪੀਪਲ ਜਿਹੜੇ ਕਿ ਮੇਰੇ ਕੋਲ ਆਪਣੀ ਸਿਚੁਏਸ਼ਨ ਲੈ ਕੇ ਆਉਂਦੇ ਹੈ, ਆਪਣੀ ਯੂ ਨੋ ਗੱਲ ਕਰਦੇ ਹੈ, ਸਟੋਰੀ ਦੱਸਦੇ ਹੈ। ਬਹੁਤ ਦਿਲ ਕਰਦਾ ਕਿ ਕੋਈ ਐਸਾ ਹੱਲ ਲੱਭ ਜਾਏ ਜਿਹੜਾ ਕਿ ਮਤਲਬ ਯੂ ਨੋ ਉਹਨਾਂ ਦੀ ਦਰਦ, ਉਹਨਾਂ ਦੀ ਸਫਰਿੰਗ ਖਤਮ ਹੋ ਜਾਏ, ਬਟ ਅਸੀਂ ਸਾਰੇ ਇਸ ਚੀਜ਼ ਨੂੰ ਸਮਝਦੇ ਹਾਂ ਕਿ ਕੋਈ ਇਹ ਮੈਜਿਕ ਵਾਂਡ ਵਾਲੀ ਗੱਲ ਨਹੀਂ ਹੈ। ਇਸ ਸ਼ੋਅ ਦੇ ਉੱਤੇ ਗੱਲ ਲੈ ਕੇ ਆਉਣੀ, ਆਪਣੇ ਦਿਲ ਦੀ ਗੱਲ ਕਰਨੀ ਇੱਕ ਤਰ੍ਹਾਂ ਨਾਲ ਥੈਰੇਪਿਊਟਿਕ ਤਾਂ ਹੈ ਹੀ ਹੈ, ਇੱਕ ਤਰ੍ਹਾਂ ਨਾਲ ਇਲਾਜ ਹੈ। ਕਿਵੇਂ? ਕਿਉਂਕਿ ਜਦੋਂ ਤੁਸੀਂ ਈਵਨ ਮੇਰੇ ਨਾਲ ਗੱਲ ਕਰ ਰਹੇ ਹੁੰਦੇ ਹੋ, ਦੋ ਵਾਰੀ, ਇੱਕ ਵਾਰੀ, ਚਾਰ ਵਾਰੀ, ਅਤੇ ਉਹ ਗੱਲ ਕਰਦੇ ਕਰਦੇ ਅੱਧੇ ਤਾਂ ਹੱਲ ਤੁਹਾਨੂੰ ਵੈਸੇ ਮਿਲ ਜਾਂਦੇ ਹੈ। ਐਂਡ ਕੁਛ ਦਿਨਾਂ ਤੋਂ, ਪਿਛਲੇ ਡੇਢ ਹਫ਼ਤੇ ਤੋਂ ਮੇਰੇ ਨਾਲ 3-4 ਡਿਫਰੈਂਟ ਕੇਸਿਸ ਦੀ ਗੱਲ ਚੱਲ ਰਹੀ ਹੈ ਜਿਹਦੇ ਨਾਲ ਲੱਗਦਾ ਕਿ ਬੜੀ ਵਾਰੀ ਗੱਲ ਕਰਦੇ ਕਰਦੇ ਆਪ ਹੀ ਹੱਲ ਮਿਲ ਜਾਂਦਾ ਹੈ। ਪਰ ਕਈ ਐਸੀ ਵੀ ਕਿ ਮੈਂ ਜਦੋਂ 3 ਵਾਰੀ ਗੱਲ ਕਰ ਲਾਂ ਤਾਂ ਮੈਨੂੰ ਲੱਗਦਾ ਕਿ ਹਰ ਗੱਲ, ਹਰ ਵਾਰੀ ਜਦੋਂ ਉਹ ਮੇਰੇ ਨਾਲ ਗੱਲ ਕਰਦੇ ਨੇ ਤਾਂ ਇਨਕਨਸਿਸਟੈਂਸੀ ਹੁੰਦੀ ਹੈ। ਮਤਲਬ ਇੱਕ ਦਿਨ ਕੁਛ ਕਹਿ ਰਹੇ ਹੈ, ਦੂਸਰੇ ਦਿਨ ਕੁਛ ਕਹਿ ਰਹੇ ਹੈ। ਸੋ ਉਹ ਮੈਨੂੰ ਵੀ ਕਾਫੀ ਮੁਸ਼ਕਿਲ ਹੁੰਦੀ ਹੈ ਕਿ ਮੈਂ ਉਹਨੂੰ ਕਿਸ ਤਰ੍ਹਾਂ ਪ੍ਰਜੈਂਟ ਕਰਾਂ, ਕਿਉਂਕਿ ਮੇਰੀ ਇਸ ਵੇਲੇ ਪ੍ਰਾਇਰਟੀ, ਜਿਸ ਖਾਸ ਤੌਰ 'ਤੇ ਇਸ ਮੰਚ ਦਾ ਜਿਹੜਾ ਅਸੀਂ ਫਿਲੋਸਫੀ ਹੈ, ਜਿਹੜੀ ਪ੍ਰਿੰਸੀਪਲ ਅਸੀਂ ਰੱਖਿਆ ਹੋਇਆ, ਕਿ ਜੋ ਸਾਡੇ ਕੋਲ ਆਇਆ ਸਵਾਲ ਕਰਨ, ਭਾਵੇਂ ਉਹ ਤੁਹਾਨੂੰ ਜਿਸ ਤਰ੍ਹਾਂ ਵੀ ਲੱਗ ਰਿਹਾ ਹੋਏ, ਉਹਦੀ ਗੱਲ ਤੁਸੀਂ ਅੱਗੇ ਸਭ 'ਤੇ ਰੱਖਣੀ ਹੈ। ਉਹ ਯੂ ਨੋ ਕੋਈ ਚੀਜ਼ ਹਾਈਡ ਕਰ ਰਿਹਾ, ਨਹੀਂ ਕਰ ਰਿਹਾ, ਮੇਰੇ ਤੋਂ ਵੀ ਕਰ ਰਿਹਾ ਹੋਏ, ਉਹ ਮੈਂ ਨਹੀਂ ਕਹਿ ਸਕਦੀ। ਭਾਵੇਂ ਕੋਈ ਚੀਜ਼ਾਂ ਲੱਗਦੀਆਂ, ਡਾਊਟਸ ਜੇ ਲੱਗਦੇ ਹੈ, ਪਰ ਫਿਰ ਵੀ ਜੋ ਉਹ ਮੈਨੂੰ ਕਹਿ ਰਹੇ ਹੈ ਉਹੀ ਮੈਂ ਸਾਹਮਣੇ ਰੱਖ ਸਕਦੀ ਹਾਂ। ਸੋ ਅੱਜ ਦਾ ਕਿੱਸਾ ਥੋੜ੍ਹਾ ਜਿਹਾ ਉਸ ਤਰ੍ਹਾਂ ਦਾ ਹੈਗਾ ਕਿ ਕਿਉਂ ਮੈਂ ਇਸ ਚੀਜ਼ ਦੀ ਦਾ ਜ਼ਿਕਰ ਕੀਤਾ ਕਿ ਜਿਹੜੇ ਵੀਰ ਮੈਨੂੰ ਸਵਾਲ ਕਰ ਰਹੇ ਨੇ ਔਰ ਜਿਨ੍ਹਾਂ ਨੇ ਆਪਣੀ ਸਿਚੁਏਸ਼ਨ ਸ਼ੇਅਰ ਕੀਤੀ ਹੈ, ਆਈ ਵਿਸ਼ ਕਿ ਕੋਈ ਵੀ ਯੂ ਨੋ ਕਿਸੇ ਵੀ ਉਮਰ ਦੇ ਵਿੱਚ, ਖਾਸ ਤੌਰ ਇਹਨਾਂ ਦੀ ਉਮਰ ਦੇ ਵਿੱਚ, ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਪਰ ਨਾਲ ਹੀ ਇਹ ਵੀ ਜ਼ਰੂਰ ਕਹਾਂਗੀ ਕਿ ਕੋਈ ਕੋਈ ਆਪਣੀ ਸਟੋਰੀ ਦੇ ਵਿੱਚ ਇਨਕਨਸਿਸਟੈਂਟ ਹੋ ਜਾਂਦੇ, ਲੱਗਦਾ ਕਿ ਜਿਵੇਂ ਕੁਛ ਸੁਪਾ ਰਹੇ ਨੇ, ਕੋਈ ਚੀਜ਼ ਕਹਿ ਰਹੇ ਨੇ ਔਰ ਉਹ ਮੈਚ ਨਹੀਂ ਕਰ ਰਹੀ ਕਿਸੇ ਚੀਜ਼ ਨਾਲ। ਬਟ ਐਨੀਵੇ, ਮੈਂ ਸਿਰਫ ਅਤੇ ਸਿਰਫ ਜੋ ਉਹ ਮੈਨੂੰ ਕਹਿ ਰਹੇ ਨੇ ਇਸ ਵੇਲੇ ਉਹਨੂੰ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਇਹ ਵੀਰ ਕਾਫੀ ਪਰੇਸ਼ਾਨ ਨੇ ਆਪਣੀ ਵਾਈਫ ਤੋਂ, ਕਹਿੰਦੇ ਨੇ ਕਿ ਵਾਈਫ ਬਹੁਤ ਅਬਿਊਸਿਵ ਹੈ, ਯੂ ਨੋ ਅਬਿਊਸਿਵ ਹੈ ਮਤਲਬ ਕਰਸ ਬਹੁਤ ਕਰਦੀ ਹੈ, ਗਾਲਾਂ ਬਹੁਤ ਕੱਢਦੀ ਹੈ, ਲੜਾਈ ਬਹੁਤ ਕਰਦੀ ਹੈ, ਮੰਗਦੀ, ਜੋ ਮਤਲਬ ਉਹਦੀ ਨੀਡਸ ਬੜੀਆਂ ਹੈ ਕਿ ਇਹ ਕਰਕੇ ਦੇ ਮੈਨੂੰ, ਇਹ ਕਰਕੇ ਦੇ, ਜੇ ਨਹੀਂ ਕਰੇਗਾ ਤਾਂ ਫਿਰ ਲਾਈਕ ਯੂ ਨੋ ਉਹ ਬੜੇ ਗਾਲਾਂ 'ਤੇ ਉੱਤਰ ਆਉਂਦੇ ਹੈ, ਜ਼ਬਾਨ ਦੇ ਬਹੁਤ ਮਾੜੇ ਹੈ ਇਹਨਾਂ ਦੇ ਹਿਸਾਬ ਨਾਲ ਇਹਨਾਂ ਦੀ ਵਾਈਫ। ਸੋ ਕਈ ਵਾਰੀ ਫਿਜ਼ੀਕਲ ਵੀ ਹੋ ਜਾਂਦੇ ਹੈ, ਮਤਲਬ ਫਿਜ਼ੀਕਲੀ ਵੀ ਮਾਰਨ ਲੱਗ ਜਾਂਦੇ ਹੈ। ਸੋ ਹੋਰ ਡਿਟੇਲਸ ਦਾ ਇਹ ਹੈਗਾ ਕਿ ਇਹਨਾਂ ਦੀ ਉਮਰ ਇਸ ਵੇਲੇ 60 ਸਾਲ ਹੈ, ਕਾਫੀ ਸਾਲ ਪਹਿਲੇ ਡਿਵੋਰਸਡ ਹੈਗੇ ਹੈ, ਉਸ ਵਿਆਹ ਤੋਂ ਬੱਚੇ ਵੀ ਹੈ, ਬੱਚੇ ਵਾਈਫ ਕੋਲ ਹੈ, ਸੋ ਉਹ ਚੈਪਟਰ ਖਤਮ ਸੀ ਆਲਮੋਸਟ। ਪਰ ਹੁਣ ਜਿਹੜੇ ਵਾਈਫ ਹੈਗੇ ਹੈ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਨੇ ਕਿ 7-8 ਸਾਲ ਪਹਿਲੇ ਇੱਕ ਕੰਪੈਨੀਅਨ ਦੀ ਚਾਹ ਦੇ ਵਿੱਚ, ਵੀ ਹਾਂ ਕੋਈ ਤਾਂ ਹੋਣਾ ਚਾਹੀਦਾ, ਕੋਈ ਤਾਂ ਜ਼ਿੰਦਗੀ ਕੱਟਣ ਨੂੰ ਨਾਲ ਹੋਣਾ ਚਾਹੀਦਾ, ਵਿਚ ਇਜ਼ ਯੂ ਨੋ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਠੀਕ ਹੈ। ਸੋ ਉਸ ਚਾਹ ਦੇ ਵਿੱਚ ਇੱਕ ਕੁੜੀ ਇਹਨਾਂ ਨੂੰ ਮਿਲੀ, ਕਿਸੇ ਨੇ ਦੱਸੀ ਇੰਡੀਆ ਤੋਂ ਹੀ, ਐਂਡ ਫਿਰ ਮੁਲਾਕਾਤ ਹੋਈ,
ਇਹ ਜਾਂਦੇ ਰਹੇ ਮਿਲਦੇ ਰਹੇ, ਪਤਾ ਇਹ ਲੱਗਿਆ ਕਿ ਬਹੁਤ ਗਰੀਬ ਫੈਮਿਲੀ ਤੋਂ ਹੈ, ਖੁਦ ਵੀ ਬਹੁਤ ਗਰੀਬ ਹੈ, ਬਹੁਤ ਪੂਅਰ ਫੈਮਿਲੀ ਤੋਂ ਹੈ, ਔਰ ਕੋਈ ਉਹਨਾਂ ਦੇ ਘਰ ਜਿਵੇਂ ਕੰਮ ਨਹੀਂ ਕਰਦਾ। ਸੋ ਰਿਟਾਇਰਡ ਹੈਗੇ ਹੈ ਫਾਦਰ, ਔਰ ਯੂ ਨੋ ਇੱਕ ਹੋਰ ਸਿਸਟਰ ਹੈ ਉਹ ਵੀ ਘਰ ਵਾਪਸ ਆਈ ਹੋਈ ਹੈ, ਔਰ ਜੋ ਵੀ ਘਰ ਦੇ ਵਿੱਚ ਹੈਗਾ ਬੜਾ ਡਿਪੈਂਡੈਂਟ ਹੈ, ਔਰ ਬੜੇ ਖਾਣ ਦੇ ਵੀ ਜਿਵੇਂ ਕਹਿੰਦੇ ਆ ਲਾਲੇ ਪਏ ਹੋਏ ਹੈ। ਸੋ ਇਹਨਾਂ ਦੇ ਦਿਮਾਗ ਵਿੱਚ ਆਇਆ ਕਿ ਕੋਈ ਪਰਿਵਾਰ ਦਾ ਭਲਾ ਹੋ ਜਾਏਗਾ, ਇੱਕ ਕਿਸੇ ਦਾ ਦੀ ਗਰੀਬੀ ਟੱਕੀ ਜਾਏਗੀ। ਸੋ ਇਹਨਾਂ ਨੇ ਉਹਨਾਂ ਦੀ ਇੱਕ ਕੁੜੀ ਜਿਹੜੀ ਹੈ ਉਹਦੇ ਨਾਲ ਰਿਸ਼ਤਾ ਅੱਗੇ ਵਧਾਇਆ। ਕਾਫੀ ਦੇਰ ਲੱਗ ਗਈ ਉਹਨਾਂ ਨੂੰ ਇੱਥੇ ਆਉਣ 'ਚ। ਸੋ 2013 ਦੇ ਵਿੱਚ ਲੀਗਲੀ ਪ੍ਰੋਪਰ ਵਿਆਹ ਵੀ ਹੋ ਗਿਆ, ਫਿਰ ਵੀ ਪਿਛਲੇ ਸਾਲ ਤੱਕ ਉਹ ਯੂ ਨੋ ਇੱਥੇ ਤੱਕ ਨਹੀਂ ਆ ਪਾ ਰਹੇ ਸੀ US ਦੇ ਵਿੱਚ, ਔਰ ਪਿਛਲੇ ਸਾਲ ਇੱਥੇ ਆਏ। ਸੋ ਹੁਣ ਇੱਥੇ ਨੇ, ਔਰ ਉਸ ਇੱਕ ਪੂਰੇ ਮਤਲਬ ਸਾਲ ਡੇਢ ਦੇ ਵਿੱਚ ਵੀ ਇੱਕ ਵਾਰੀ ਇੰਡੀਆ ਚੱਕਰ ਮਾਰ ਆਏ ਨੇ, ਇੱਥੇ ਜੱਦੇ ਆਏ ਨੇ, ਕਾਫੀ ਲੜਾਈ ਹੁੰਦੀ ਹੈ, ਪਹਿਲੇ ਉੱਥੇ ਵੀ ਸੀਗੇ ਪਰ ਉਹ ਗੱਲਾਂ ਬਾਹਰ ਨਹੀਂ ਆਈਆਂ ਸੀ। ਹੁਣ ਉਹ ਕਾਫੀ ਜਿਸ ਤਰ੍ਹਾਂ ਇਹ ਦੱਸਦੇ ਨੇ ਕਿ ਵਾਈਫ ਬਹੁਤ ਗੁੱਸਾ ਹੈ, ਬਹੁਤ ਬੜਾ ਬੁਰਾ ਭਲਾ ਬੋਲਦੀ ਹੈ, ਬਹੁਤ ਅਬਿਊਸਿਵ ਲੈਂਗੁਏਜ ਹੈ ਉਹਦੀ ਮਤਲਬ, ਔਰ ਗਾਲਾਂ ਕੱਢਣੀਆਂ, ਬੁਰੀ ਤਰ੍ਹਾਂ ਬੋਲਣਾ, ਔਰ ਕੁਛ ਨਾ ਸਮਝਣਾ ਇਹਨਾਂ ਨੂੰ, ਐਂਡ ਉਹ ਸਾਰਾ ਕੁਛ ਹੈ। ਬਟ ਨਾਲ ਹੀ ਇੱਕ ਜ਼ਿਕਰ ਕਰਨ ਯੋਗ ਇਹ ਵੀ ਹੈਗਾ ਕਿ ਮੈਂ ਪੁੱਛਿਆ ਕਿ ਏਜ ਹੈ ਇਹਨਾਂ ਦੀ 60 ਹੈ, ਉਹ ਕਹਿੰਦੇ ਉਹਨਾਂ ਦੀ 20 ਸਾਲ ਛੋਟੀ ਹੈ, 40 ਸਾਲ ਦੀ ਹੈ। ਸੋ ਹੋਰ ਜਿਹੜੇ ਗਿਲੇ ਸ਼ਿਕਵੇ ਇਹੀ ਹੈ ਕਿ ਜ਼ਿੰਦਗੀ ਬਿਲਕੁਲ ਬੇਕਾਰ ਕੀਤੀ ਹੋਈ ਹੈ, ਇਸ ਵੇਲੇ ਮੈਂ ਇੰਨਾ ਟੈਨਸ਼ਨ 'ਚ ਰਹਿੰਦਾ, ਕਦੀ ਸੌਂਦਾ ਨਹੀਂ, ਨਾਲ ਦੇ ਕਮਰੇ 'ਚ ਸੌਂਦੀ ਹੈ, ਦੂਸਰੇ ਕਮਰੇ 'ਚ ਮੈਂ ਮਤਲਬ ਸਾਰੀ ਰਾਤ ਜਾਗਦਾ ਰਹਿੰਦਾ, ਸਿਹਤ ਖਰਾਬ ਹੋ ਰਹੀ ਹੈ, ਐਂਡ ਪਰੇਸ਼ਾਨੀ ਇਹੀ ਹੈ ਕਿ ਕਦੀ ਥਰੂ ਆਊਟ ਦਿਸ ਪੀਰੀਅਡ ਇਹ ਉਹਨਾਂ ਦੇ ਪੇਰੈਂਟਸ ਨੂੰ, ਉਹਦੀ ਸਿਸਟਰ ਨੂੰ, ਅੱਗੋਂ ਕਿਸੇ ਹੋਰ ਨੂੰ, ਸਾਰਿਆਂ ਨੂੰ ਪੈਸੇ ਭੇਜੀ ਜਾ ਰਹੇ ਹੈ। ਇਹਨਾਂ ਨੂੰ ਵੀ ਜਿੰਨੀ ਦੇਰ ਉਹ ਉੱਥੇ ਸੀਗੇ ਪੂਰੇ ਪਰ ਮੰਥ ਭੇਜਦੇ ਸੀ, ਅਤੇ ਹੁਣ ਇੱਥੇ ਤੱਕ ਕਿ ਬਈ ਕੋਈ ਵੀ ਕਿਸੇ ਨੂੰ ਅਗਰ ਨਾ ਕਰਾਂਗੇ ਕਿਸੇ ਨੂੰ ਭੇਜਣ ਦੀ, ਹੁਣ ਫਿਰ ਕੋਈ ਮੰਗ ਆਈ ਹੋਈ ਹੈ ਉਹਨਾਂ ਦੇ ਅੱਗੇ ਕਿਸੇ ਹੋਰ ਰਿਸ਼ਤੇਦਾਰ ਨੂੰ ਪੈਸੇ ਭੇਜਣ ਦੀ, ਜੇ ਮਨਾ ਕਰਦੇ ਨੇ ਤਾਂ ਬਹੁਤ ਲੜਾਈ ਹੁੰਦੀ ਹੈ, ਉਹ ਵਾਈਫ ਬਹੁਤ ਲੜਦੀ ਹੈ। ਸੋ ਹੋਰ ਜਿਹੜੇ ਡਿਟੇਲਸ ਦੱਸ ਰਹੇ ਨੇ ਕਿ ਵਿਆਹ ਇਹਨਾਂ ਵੇ ਜੋਬ 'ਤੇ ਕਿਤੇ ਟਿਕਦੇ ਨਹੀਂ, ਕਹਿੰਦੇ ਨੇ ਕਿ ਮੈਂ ਜਿੱਥੇ ਵੀ ਲੈ ਕੇ ਜਾਂਦਾ ਜੋ ਮੇਰੀ ਜਾਣ ਪਛਾਣ ਹੈ ਮੈਂ ਕਿਤੇ ਰਖਾਉਂਦਾ, ਹਫ਼ਤਾ ਤੋਂ ਜ਼ਿਆਦਾ ਕੰਮ ਨਹੀਂ ਕਰਦੀ, ਉੱਥੇ ਮੇਰੇ ਤੋਂ ਭਾਰਾ ਕੰਮ ਹੈ, ਮੇਰਾ ਉਹ ਹੈ। ਸੋ ਗੱਲਾਂ ਗੱਲਾਂ 'ਚ ਇੰਝ ਲੱਗਿਆ ਜਿਵੇਂ ਕਿ ਵਾਈਫ ਕੰਮ ਕਰ, ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਵਾਈਫ ਕੰਮ ਨਹੀਂ ਕਰਨਾ ਚਾਹੁੰਦੀ, ਇਹ ਕਰਾਉਣਾ ਚਾਹੁੰਦੇ ਹੈ ਜਾਂ ਕਿਉਂ ਨਹੀਂ ਟਿਕਦੇ। ਸੋ ਆਈ ਐਮ ਨੋਟ ਸ਼ੋਰ, ਮੈਂ ਤੁਹਾਡੇ ਨਾਲ ਓਨੈਸਟ ਹੋਵਾਂਗੀ ਕਿ ਮੈਨੂੰ ਕਲੀਅਰ ਨਹੀਂ ਹੋਇਆ ਕਿ ਕੀ ਕਹਿਣਾ ਚਾਹੁੰਦੇ ਨੇ, ਪਰ ਕਈ ਗੱਲਾਂ ਤੋਂ ਇਹ ਵੀ ਲੱਗਿਆ ਕਿ ਜਿਵੇਂ ਆਪ ਹੀ ਕਿਤੇ ਲੈ ਕੇ ਜਾਂਦੇ ਨੇ, ਫਿਰ ਅਗਰ ਨਹੀਂ ਠੀਕ ਬੈਠਦਾ ਤਾਂ ਆਪ ਹੀ ਉਹ। ਸੋ 40 ਸਾਲ ਦੀ ਇੱਕ ਯੂ ਨੋ ਇਨਸਾਨ, ਅਡਲਟ ਇਨਸਾਨ ਸਾਲ ਡੇਢ ਦੇ ਵਿੱਚ ਇੱਥੇ ਥੋੜ੍ਹਾ ਜਿਹਾ ਕਸਟਮ ਹੋ ਜਾਂਦਾ, ਆਪ ਜਾ ਕੇ ਵੀ ਅਗਰ ਉਹ ਵਾਕਈ ਕਰਨਾ ਚਾਹੁੰਦੇ ਨੇ ਜੋਬ, ਤਾਂ ਆਪਣੀ ਮਰਜ਼ੀ ਦਾ ਵੀ ਜੋਬ ਲੱਭ ਸਕਦੇ ਨੇ, ਉਹਨਾਂ ਨੂੰ ਆਪੇ ਵੀ ਭੇਜ ਸਕਦੇ ਨੇ। ਸੋ ਇਹ ਮੈਨੂੰ ਸਮਝ ਨਹੀਂ ਆਇਆ ਕਿ ਇਹ ਹੀ ਲੈ ਕੇ ਜਾਣਗੇ, ਉੱਥੇ ਰਖਾਉਣਗੇ, ਫਿਰ ਵਾਪਸ ਲੈ ਕੇ ਆਉਣਗੇ, ਉਹਦਾ ਕੀ ਕਿੱਸਾ ਹੈ, ਵੈਦਰ ਇਹ ਨਹੀਂ ਚਾਹੁੰਦੇ ਕਿ ਉਹ ਇਕੱਲੇ ਜਾਣ, ਦੈਟ ਵੁੱਡ ਬੀ ਡੈਫੀਨੇਟਲੀ ਐਨ ਇਸ਼ੂ, ਕਿਉਂਕਿ ਇੱਕ ਪਾਰਟਨਰ ਤੁਸੀਂ ਕੰਪੈਨੀਅਨ ਲੈਣ ਆਏ ਹੋ, ਤੁਸੀਂ ਉਹਦਾ ਇਹ ਤਾਂ ਨਹੀਂ ਹੋ ਸਕਦਾ ਕਿ ਤੁਸੀਂ ਉਹਨੂੰ ਕੰਟਰੋਲ ਕਰੋ ਔਰ ਬਿਲਕੁਲ ਯੂ ਨੋ ਬਾਹਰ ਅੰਦਰ ਨਾ ਜਾਣ ਦਿਓ ਆਪਣੇ ਬਿਨਾਂ, ਉਹ ਤਾਂ ਫਰਸਟ੍ਰੇਸ਼ਨ ਕੌਜ਼ ਕਰੇਗਾ ਹੀ। ਸੋ ਆਈ ਐਮ ਜਸਟ ਸ਼ੇਅਰਿੰਗ ਵਿਦ ਆਲ ਆਫ ਯੂ ਕਿ ਇਹ ਥੋੜ੍ਹੀਆਂ ਜਿਹੀਆਂ ਡਿਸਕ੍ਰਿਪੈਂਸਿਸ ਸੀਗੀਆਂ ਫੋਨ 'ਤੇ ਜਿਹੜਾ ਕਿ ਮੈਨੂੰ ਮਹਿਸੂਸ ਹੋਈਆਂ। ਬਾਕੀ ਇਹੀ ਕਿ ਜਦੋਂ ਸ਼ੁਰੂਆਤ ਹੋਈ ਹੈ ਜਿਸ ਗੱਲ ਤੋਂ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਵਾਈਫ ਹੈ ਜਿਹੜੀ ਅਬਿਊਸਿਵ ਹੈ, ਜਿਹੜੀ ਯੂ ਨੋ ਕੁੱਟਣ ਤੋਂ ਵੀ ਨਹੀਂ ਰਹਿੰਦੀ, ਉਹ ਵੀ ਹੋ ਜਾਂਦਾ, ਬਟ ਗਾਲਾਂ ਬਹੁਤ ਬੁਰਾ ਬਹੁਤ ਬੋਲਦੀ ਹੈ ਅਤੇ ਲੜਦੀ ਬਹੁਤ ਹੈ। ਸੋ ਕਦੀ ਵੀ ਕੋਈ ਚੀਜ਼ ਜਿਹੜੀ ਉਹ ਨਾ ਹੋਏ, ਮਤਲਬ ਪੈਸੇ ਦੇਣੇ, ਕੱਪੜੇ ਲੈ ਕੇ ਦੇਣੇ, ਗਹਿਣੇ ਲੈ ਦਿਉ ਮੈਨੂੰ, ਫਲਾਣੇ ਲੈ ਦਿਉ, ਉਹ ਪੂਰੀਆਂ ਹੋਈ ਜਾਣ, ਅਤੇ ਜਿੱਥੇ ਮਾੜਾ ਜਿਹਾ ਕਿਹਾ ਕਿ ਇਹ ਨਹੀਂ ਤਾਂ ਫਿਰ ਬਹੁਤ ਲੜਾਈ ਹੁੰਦੀ ਹੈ। ਸੋ ਇਸ ਤਰ੍ਹਾਂ ਦੀਆਂ ਹੈਗੀਆਂ, ਅਤੇ ਤੁਸੀਂ ਦੱਸੋ ਇਹਨਾਂ ਨੂੰ ਕਿ ਇਹਨਾਂ ਦਾ ਕਹਿਣਾ ਹੈ ਕਿ ਮੈਂ ਕੀ ਕਰਾਂ। ਸੋ ਮੇਰਾ ਸਵਾਲ ਵੀ ਇਹ ਸੀ ਕਿ ਐਸੀ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਰਿਲੇਸ਼ਨਸ਼ਿਪ, ਇੱਕ ਕੰਪੈਨੀਅਨ ਦੇ ਰਿਲੇਸ਼ਨਸ਼ਿਪ ਦੀ ਚਾਹ ਦੇ ਵਿੱਚ, ਜਦੋਂ ਅਸੀਂ ਲੇਟ ਏਜ ਦੇ ਵਿੱਚ ਇੱਕ ਕੰਪੈਨੀਅਨ, ਇੱਕ ਵਾਈਫ ਲਿਆਉਂਦੇ ਹਾਂ, ਤਾਂ ਇੱਕ ਸੁੱਖ ਦੀ ਚਾਹ ਹੋਏਗੀ ਕਿਸੇ ਦੀ ਵੀ। ਸੋ ਇਸ ਵੇਲੇ ਇੰਨੀ ਪਰੇਸ਼ਾਨੀ ਵਾਲਾ ਰਿਲੇਸ਼ਨਸ਼ਿਪ, ਮਤਲਬ ਵਾਈ?
ਸੋ ਜ਼ਰੂਰ ਦੱਸੋ ਇਹਨਾਂ ਨੂੰ ਔਰ ਪੁੱਛੋ ਇਹਨਾਂ ਨੂੰ ਕਿ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਨ ਅ ਵੇ ਕਿ ਇਹਨਾਂ ਦਾ ਸਵਾਲ ਤਾਂ ਇਹ ਹੈ ਕਿ ਹੁਣ ਕਰਾਂ ਕੀ ਕਰਨਾ ਚਾਹੀਦਾ ਮੈਨੂੰ, ਤੁਹਾਡਾ ਕੀ ਖਿਆਲ ਹੈ? ਕਾਲ ਜ਼ਰੂਰ ਕਰੋ ਕਿਉਂਕਿ ਬਹੁਤ ਜ਼ਰੂਰੀ ਹੈ, ਕਈ ਵਾਰੀ ਬਹੁਤ ਕਲੈਰਿਟੀ ਨਹੀਂ ਵੀ ਹੁੰਦੀ ਅਤੇ ਹੋ ਸਕਦਾ ਕਿਸੇ ਦੇ ਕਹਿਣ ਦੇ ਨਾਲ ਕੁਛ ਕਲੀਅਰ ਹੋ ਜਾਏ। ਸੋ ਥੋੜ੍ਹੀ ਆਈ ਅੰਡਰਸਟੈਂਡ ਕਿ ਕਲੈਰਿਟੀ ਦੇ ਵਿੱਚ ਕਮੀ ਹੈਗੀ ਹੈ, ਪਰ ਇੱਕ ਤਾਂ ਜਿਹੜੀਆਂ ਕਿ ਮੇਨ ਚੀਜ਼ਾਂ ਹੈਗੀਆਂ, ਇਹਨਾਂ ਦੀ ਉਮਰ 60 ਸਾਲ, ਉਹਦੀ 40 ਸਾਲ, ਕੰਪੈਨੀਅਨਸ਼ਿਪ ਦੇ ਹਿਸਾਬ ਨਾਲ ਵਿਆਹ ਕਰਕੇ ਆਏ ਨੇ। ਸੋ ਏਜ ਵੀ ਮੈਂ ਨਹੀਂ ਸੋਚਦੀ ਕਿ ਇੰਨਾ ਕੋਈ ਉਹ ਹੈਗਾ ਕਿ ਆਪਸ ਨਿਭ ਨਹੀਂ ਸਕਦੀ, ਬਟ ਜਿਹੜੀ ਪਹਿਲੇ ਕਦੀ ਡਿਵੋਰਸ ਹੋਇਆ ਹੋਇਆ ਇਹਨਾਂ ਦੇ ਬੱਚੇ ਕਹਿੰਦੇ ਕਿਸੇ ਨੂੰ ਮੇਰੇ ਪਰਿਵਾਰ 'ਚੋਂ ਨਾ ਤਾਂ ਉਹ ਰੱਖਣਾ ਚਾਹੁੰਦੀ ਹੈ, ਕੋਈ ਜਿਹੜੇ ਪਹਿਲੇ ਵਿਆਹ 'ਚੋਂ ਇਹਨਾਂ ਦੇ ਬੱਚੇ ਹੈ ਉਹਨਾਂ ਦੇ ਵੀ ਅੱਗੋਂ ਬੱਚੇ ਹੈ, ਸੋ ਉਹਨਾਂ ਨੂੰ ਵੀ ਇੰਨੀਆਂ ਗਾਲਾਂ ਕੱਢਦੀ ਹੈ ਮੇਰੇ ਸਾਹਮਣੇ ਕਿ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ। ਸੋ ਕੀ ਕਹਿੰਦੇ ਹੋ ਇਹਨਾਂ ਨੂੰ, ਜ਼ਰੂਰ ਕਾਲ ਕਰੋ। ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ, ਤੁਸੀਂ ਥੋੜ੍ਹਾ ਸੋਚ ਕੇ ਰੱਖ ਲਓ ਕਿ ਕੀ ਕਹਿਣਾ ਚਾਹੋਗੇ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦਾ ਕੀ ਕਹਿਣਾ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਸੁਦਰਸ਼ਨ ਜੀ ਦੱਸੋ ਕੀ ਕਹਿੰਦੇ ਹੋ? ਹਾਂ, ਪੂਰੀ ਤੁਹਾਡੀ ਗੱਲ ਤੁਹਾਨੂੰ ਪਤਾ ਚੱਲਿਆ, ਕਲੀਅਰ ਪੂਰੀ ਚੀਜ਼ ਨਹੀਂ ਹੋਈ, ਪਰ ਸਭ ਤੋਂ ਪਹਿਲੀ ਚੀਜ਼ ਹੈ ਅਰਵਿੰਦ, ਅਗਰ ਉਸਨੇ ਪਾਰਟਨਰ ਸ਼ਾਦੀ ਨਹੀਂ ਸੀ ਕਰਨੀ ਚਾਹੀਦੀ ਇਤਨੀ ਉਮਰ ਦੇ ਫਾਸਲੇ ਚ, ਕਿਉਂਕਿ ਇੱਕ ਵਾਰੀ ਉਹ ਡਾਈਵੋਰਸ ਹੋ ਚੁੱਕਾ ਉਹਦੇ ਬੱਚੇ ਵੀ ਹਨ, ਤੇ ਉਹਨੂੰ ਇੰਨੇ ਗੈਪ ਦੇ ਨਾਲ ਸ਼ਾਦੀ ਕਰਨ ਦੀ ਤਾਂ ਕੋਈ ਜ਼ਰੂਰਤ ਨਹੀਂ ਸੀ, ਵੈਸੇ ਹੀ ਕਿਸੇ ਨੂੰ ਪਾਰਟਨਰਸ਼ਿਪ ਦੇ ਵਿੱਚ ਰੱਖ ਲੈਂਦਾ, ਲਿਵਿੰਗ ਰਿਲੇਸ਼ਨ ਕਰ ਲੈਂਦਾ, ਆਪਣੀ ਹਮ ਉਮਰ ਕੋਈ ਔਰਤ ਮਿਲ ਜਾਂਦੀ, ਵਿਡੋ ਮਿਲ ਜਾਂਦੀ, ਡਾਈਵੋਰਸ ਹੀ ਮਿਲ ਜਾਂਦੀ, ਤੇ ਉਹਦਾ ਨਾ ਉਹਦੀ ਜ਼ਿੰਮੇਵਾਰੀ ਹੁੰਦੀ ਨਾ ਇਹਦੀ ਜ਼ਿੰਮੇਵਾਰੀ ਹੁੰਦੀ ਕਿਸੇ ਦੀ। ਸੁਦਰਸ਼ਨ ਜੀ ਸ਼ਾਇਦ ਆਈ ਡੋਂਟ ਨੋ, ਯੂ ਸੋ ਰਾਈਟ, ਕਿਉਂਕਿ ਅਸੀਂ ਖਾਲੀ ਇਹਨਾਂ ਦੀ ਗੱਲ ਨਹੀਂ ਕਰਦੇ, ਇਹਨਾਂ ਦੇ ਗੱਲ ਦੇ ਰਾਹੀਂ ਅਸੀਂ ਹੋਰ ਬੜੇ ਸਾਰਿਆਂ ਨੂੰ ਰੀਚ ਆਊਟ ਕਰਦੇ ਹਾਂ। ਸੋ ਤੁਹਾਡੀ ਗੱਲ ਠੀਕ ਹੈ, ਅਸੀਂ ਉਮਰ ਦੇ ਵਿੱਚ ਜਦੋਂ ਸਾਥ ਦੀ ਲੋੜ ਪਏ, ਤੁਸੀਂ ਕਹਿੰਦੇ ਹੋ ਵਿਆਹ ਕਰਨਾ ਦਾ ਫਾਇਦਾ ਨਹੀਂ ਹੈ, ਕੋਈ ਜ਼ਰੂਰਤ ਨਹੀਂ ਜੀ, 60 ਸਾਲ ਦੀ ਉਮਰ ਹੈ ਜਾਂ ਤੈਨੂੰ ਜ਼ਰੂਰਤ ਕੀ ਹੈ? ਪਰ ਖਾਸ ਤੌਰ ਤੇ ਉਹ ਵਾਲੇ ਜਿਹੜੇ ਕਿ ਸਿਰਫ ਆਪਣੀ ਇੰਡੀਅਨ ਵਿਮੈਨ ਨਾਲ ਹੀ ਪਾਰਟਨਰਸ਼ਿਪ ਕਰ ਸਕਣ, ਤੇ ਉਹ ਇੰਡੀਆ ਤੋਂ ਲੈ ਕੇ ਆਉਣ ਦੇ ਚੱਕਰ 'ਚ ਜਾਂ ਤਾਂ ਫਸ ਜਾਂਦੇ ਹੈ ਕਿ ਵਿਆਹ ਕਰਨਾ ਹੀ ਪਏਗਾ, ਜਾਂ ਵਾਟ ਇਜ਼ ਦੈਟ? ਨਹੀਂ, ਐਸਾ ਕੋਈ ਨਹੀਂ, ਉਹਨੂੰ ਇੱਥੇ ਵੀ ਮਿਲ ਸਕਦੀਆਂ ਸਨ, ਇੱਥੇ ਵੀ ਹਿੰਦੁਸਤਾਨੀ, ਕਈ ਡਾਈਵੋਰਸ, ਕਈ ਸਿੰਗਲ ਜਿਨ੍ਹਾਂ ਨੇ ਸ਼ਾਦੀ ਨਹੀਂ ਕੀਤੀ ਹੋਈ, ਐਸੇ ਰਹਿਣ 'ਚ ਕਈ ਰਾਜ਼ੀ ਨੇ ਜਿਨ੍ਹਾਂ ਨੇ ਸ਼ਾਦੀ ਕਰਨੀ ਨਹੀਂ, ਲਾਇਬਿਲਿਟੀ ਨਹੀਂ ਲੈਣੀ, ਉਹਨੂੰ ਟਾਈਮ ਲੈ ਕੇ ਇਹੋ ਜਿਹਾ ਪਾਰਟਨਰ ਦੇਖਣਾ ਚਾਹੀਦਾ ਸੀ, ਉਹਦੀ ਬਹੁਤ ਵੱਡੀ ਗਲਤੀ ਉਸ ਆਦਮੀ ਦੀ। ਦੂਸਰਾ ਮੇਰਾ ਇਹ ਖਿਆਲ ਹੈ ਕਿ ਜਿਸ ਬੈਕਗਰਾਉਂਡ ਦੇ ਵਿੱਚੋਂ ਲੜਕੀ ਲੈ ਕੇ ਆਇਆ, ਉਹ ਬੈਕਗਰਾਉਂਡ ਬਿਲਕੁਲ ਖਰਾਬ ਹੈ, ਉਸ ਕੁੜੀ ਨੂੰ ਕੋਈ ਸੰਸਕਾਰ ਐਸੇ ਨਹੀਂ ਮਿਲੇ, ਉਸ ਗਰੀਬੀ ਦੇ ਹਾਲਾਤ ਦੇ ਵਿੱਚ ਉਹਨਾਂ ਨੇ ਸਿਰਫ ਇੱਕ ਦੂਜੇ ਕੋਲੋਂ ਲੈਣਾ ਲੈਣਾ ਸਿੱਖਿਆ ਕਿ ਸਾਨੂੰ ਕੋਈ ਦੇ ਜਾਵੇ, ਅਸੀਂ ਬਸ ਉਹਦੇ ਦੂਜਿਆਂ ਦੇ ਮਰਜ਼ੀ ਦੇ ਉੱਤੇ ਅਸੀਂ ਪੱਲੀਏ। ਇੱਕ 40 ਸਾਲ ਦੀ ਲੜਕੀ ਗਾਲੀ ਗਲੋਚ ਦੇ ਉੱਤੇ ਉਤਰੇ, ਦੈਟਸ ਟੈਰੇਬਲ। ਇਸ ਆਦਮੀ ਨੂੰ ਚਾਹੀਦਾ ਐਸ ਸੂਨ ਐਸ ਪੋਸੀਬਲ ਗੈਟ ਰਿਡ ਆਫ ਦੈਟ ਵੂਮਨ। ਓਕੇ, ਠੀਕ ਹੈ, ਸੋ ਮਤਲਬ ਵਾਪਸ ਭੇਜ ਦੇਣ, ਭੇਜੇ ਜੋ ਮਰਜ਼ੀ ਕਰੇ, ਮੈਨੂੰ ਤੇ ਇੰਨਾ ਉਹ ਆ ਰਿਹਾ, ਗੁੱਸਾ ਆ ਰਿਹਾ ਉਹਦੇ ਤੇ, ਦੋਨਾਂ ਦੇ ਆ ਰਿਹਾ। ਆਈ ਅੰਡਰਸਟੈਂਡ, ਯਾ, ਇਟਸ ਕੈਸੇ ਕੈਸੇ ਲੋਕ ਨੇ, ਕੈਸੇ ਕੈਸੇ ਸਵਾਲ ਨੇ ਉਹਨਾਂ ਦੇ, ਪਰ ਆਦਮੀ ਵੀ ਉਨਾ ਹੀ ਗਲਤ ਹੈ ਜਿੰਨੀ ਹੋਵੇ, ਪਰ ਉਸ ਲੜਕੀ ਦੀ ਬੈਕਗ੍ਰਾਉਂਡ ਬਹੁਤ ਖਰਾਬ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਠੀਕ ਹੈ ਸੁਦਰਸ਼ਨ ਜੀ, ਕੁਛ ਹੋਰ ਵੀ ਧਿਆਨ ਆਏ ਡਿਊਰਿੰਗ ਦ ਸ਼ੋ ਜ਼ਰੂਰ ਗੱਲ ਕਰੋ। ਸੋ ਇਹਨਾਂ ਦੇ ਹਿਸਾਬ ਨਾਲ ਗਲਤੀ ਹੈਗੀ ਹੈ, ਇੰਨੇ ਫਰਕ ਦੇ ਨਾਲ ਨਹੀਂ ਕਰਨਾ ਚਾਹੀਦਾ ਵਿਆਹ, ਉਹ 40 ਕਹਿ ਰਹੇ ਨੇ, ਹੋ ਸਕਦਾ ਹੋਰ ਵੀ ਛੋਟੇ ਹੋਣ, ਯੂ ਨੈਵਰ ਨੋ, ਬਟ ਹੁਣ ਹੋ ਗਈ ਗਲਤੀ, ਹੁਣ ਕੀ ਕਰਨ ਉਹ ਵੀ ਦੱਸਿਓ ਜ਼ਰੂਰ, ਔਰ ਕੀ ਸੋਚਦੇ ਹੋ ਤੁਸੀਂ? ਡੂ ਯੂ ਐਗਰੀ ਵਿਦ ਸੁਦਰਸ਼ਨ ਜੀ? ਲੈਟ ਮੀ ਹੈਲੋ, ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ, ਮੈਂ ਜੋ ਤੁਸੀਂ ਟੀਵੀ ਦੇ ਉੱਤੇ ਅੱਜ ਟੌਪਿਕ ਲੈ ਕੇ ਆਏ ਆ, ਜੋ ਥੋੜੇ ਇਨਸਾਨ ਨੇ ਜੀ 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 40 ਓਲਡ ਲੇਡੀ ਨਾਲ ਮੈਰਿਜ ਕੀਤੀ ਹੈ। ਹਾਂਜੀ ਹਾਂਜੀ, ਤੇ ਮੇਰੇ ਪੁਆਇੰਟ ਆਫ ਵਿਊ ਦੇ ਨਾਲ ਠੀਕ ਹੈ ਕਿ ਉਹ ਇਨਸਾਨ 60 ਈਅਰ ਓਲਡ ਆ, ਉਹ ਏਜ ਤੇ ਆ, ਉਹਨੂੰ ਨਹੀਂ ਸੀ ਕਰਨੀ ਚਾਹੀਦੀ, ਅਗਰ ਉਸ ਲੜਕੀ ਦੇ ਨੇ ਨਾ ਲੜਕੀ ਨੇ ਕੰਪਰੋਮਾਈਜ਼ ਕੀਤਾ ਉਹਦੇ ਨਾਲ ਕਿ ਮੈਂ ਸੇਵਾ ਕਰੂੰ, ਇੱਕ ਕਿਸਮ ਦਾ ਸੇਵਾ ਭਾਵਨਾ ਹੀ ਆ, ਇਹ ਹੋਰ ਤੇ ਕੁਛ ਨਹੀਂ, ਤੇ ਉਹ ਹੁਣ ਡਿਸਐਡਵਾਂਟੇਜ ਲੈਂਦੀ ਪਈ ਹੈ, ਤਾਂ ਉਹਨੂੰ ਇਮੀਗ੍ਰੇਸ਼ਨ ਨੂੰ ਲਿਖ ਕੇ ਦੇ ਦੇਣਾ ਚਾਹੀਦਾ, ਕਿਉਂਕਿ ਉਹਨੇ ਉਹਦੇ ਨਾਲ ਕੈਰੀ ਓਨ ਨਹੀਂ ਕਰਨਾ। ਜਿਹੜਾ ਇਨਸਾਨ ਪੈਸੇ ਦਾ, ਗਹਿਣਿਆਂ ਦਾ ਤੇ ਕੱਪੜਿਆਂ ਦਾ ਭੁੱਖਾ ਹੁੰਦਾ ਨਾ, ਉਹ ਰਿਲੇਸ਼ਨਸ਼ਿਪ ਨਹੀਂ ਨਿਭਾ ਸਕਦੀ, ਉਹ ਸਿਰਫ ਉਹਨੇ ਸਿਰਫ ਤੇ ਸਿਰਫ
ਅਮਰੀਕਾ ਆਉਣ ਲਈ ਤੇ ਘਰ ਦਾ ਜੋ ਵੀ ਇਹਨਾਂ ਦੇ ਹਾਲਾਤ ਆ ਉਹਨੂੰ ਦੂਰ ਕਰਨ ਲਈ ਉਹ ਬੈਟਰ ਆ ਲਿਖ ਕੇ ਦੇ ਦੇਵੇ ਤਾਂ ਕਿ ਅੱਗੇ ਤੋਂ ਕੋਈ ਏਦਾਂ ਦਾ ਡਿਸਐਡਵਾਂਟੇਜ ਨਾ ਲਵੇ। ਥੈਂਕ ਯੂ ਜੀ। ਥੈਂਕ ਯੂ ਜੀ। ਮੈਂ ਹੋਰ ਇਹਨਾਂ ਨੂੰ ਪੁੱਛਦੀ ਹਾਂ ਇਹਨਾਂ ਦਾ ਕੀ ਕਹਿਣਾ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਗੁਰਦੀਪ ਜੀ, ਕੀ ਕਹਿੰਦੇ ਹੋ? ਦੇਖੋ ਸੰਸਕਾਰ ਲੜਕੀ ਦੇ ਬਹੁਤ ਗਲਤ ਹੈ ਔਰ ਉਹ ਕਦੇ ਵੀ ਠੀਕ ਨਹੀਂ ਹੋਏਗੀ। ਉਹਦਾ ਇੱਕੋ ਇੱਕ ਫਾਰਮੂਲਾ ਹੈ, ਇਹਦੇ ਬੱਚਾ ਹੈ ਕੋਈ ਇਹ ਘਰ ਵਾਲੀ ਤੋਂ? ਨਹੀਂ ਨਹੀਂ, ਤਾਂ ਫਿਰ ਇਹਨੂੰ ਡਿਵੋਰਸ ਦੇਣ ਦੀ ਵੀ ਲੋੜ ਨਹੀਂ, ਸੈਪਰੇਸ਼ਨ ਹੋ ਜਾਏ। ਇੱਥੇ ਅਮਰੀਕਾ ਦੇ ਵਿੱਚ ਸਭ ਤੋਂ ਵਧੀਆ ਰੂਲ ਹੈ, ਇਹ ਸਾਰੀ ਜ਼ਿੰਦਗੀ ਦੀ ਨਰਕ ਹੋ ਜਾਏਗੀ। ਇਹਨੂੰ ਸੈਪਰੇਸ਼ਨ ਤੋਂ ਇਲਾਵਾ ਹੋਰ ਕੋਈ ਇਲਾਜ ਨਹੀਂ ਇਹੋ ਜਿਹੀ ਦਾ। ਇਹਨੂੰ ਪਤਾ ਲੱਗ ਜੂ, ਅਕਲ ਆਜੂ, ਟਿਕਾਣੇ ਆਜੂਗੀ, ਇਹਨੂੰ ਸੈਪਰੇਟ ਹੋ ਜਾਏ ਬਸ। ਥੈਂਕ ਯੂ ਜੀ। ਥੈਂਕ ਯੂ ਜੀ। ਸਾਰਿਆਂ ਦਾ ਯੂਨੋ ਵਿਚਾਰ ਹੈਗਾ ਔਰ ਜੋ ਤੁਹਾਡੇ ਮਨ ਵਿੱਚ ਆ ਰਿਹਾ ਜ਼ਰੂਰ ਕਹੋ, ਕਿਉਂਕਿ ਮੈਂ ਬਹੁਤ ਇੰਪੋਰਟੈਂਟ ਹੈ ਕਿ ਸਿਰਫ ਅਸੀਂ ਇਹਨਾਂ ਨਾਲ ਨਹੀਂ ਗੱਲ ਕਰ ਰਹੇ, ਬਹੁਤ ਸਾਰੇ ਹੋਰ ਨੇ ਜਿਹੜੇ ਕਿ ਸ਼ਾਇਦ ਇਸ ਦੇ ਇਸੀ ਸਟੇਜ ਦੇ ਵਿੱਚ ਹੋਣ, ਸਟੇਜ ਦੇ ਅੱਗੇ ਪਿੱਛੇ ਕਿਤੇ ਹੋਣ, ਸੋਚਦੇ ਪਏ ਹੋਣ। ਪਰ ਯਾ ਆਫਕੋਰਸ ਐਜ਼ ਅ ਗਰੁੱਪ ਅਸੀਂ ਪ੍ਰਮੋਟ ਇਹ ਨਹੀਂ ਕਰਦੇ ਕਿ ਬਹੁਤ ਡਿਫਰੈਂਸ ਦੇ ਨਾਲ, ਬਹੁਤ ਛੋਟੀ ਨਾਲ ਕੋਈ ਵਿਆਹ ਕਰਾ ਲਏ। ਪਰ ਕੰਪੈਨੀਅਨਸ਼ਿਪ ਕਿਸੇ ਵੀ ਉਮਰ ਦੇ ਵਿੱਚ ਅਗਰ ਤੁਹਾਡੀ ਨੀਡ ਹੈਗੀ ਹੈ ਕਿ ਤੁਸੀਂ ਯੂਨੋ ਇੱਕ ਸਾਥੀ ਲੱਭਦੇ ਪਏ ਹੋ, ਤਾਂ ਮੈਨੂੰ ਲੱਗਦਾ ਹਰ ਇੱਕ ਦਾ ਹੱਕ ਹੈਗਾ। ਪਰ ਇੱਥੇ ਜ਼ਰੂਰਤ ਵਾਲੀ ਵਿਆਹ ਹੋਇਆ ਹੋਇਆ ਔਰ ਖਾਸ ਤੌਰ 'ਤੇ ਆਈ ਐਮ ਸਰਪ੍ਰਾਈਜ਼ ਕਿ ਸਾਰੇ ਕਹਿ ਰਹੇ ਹਾਂ ਵਿਆਹ ਕਰਨ ਦਾ ਕੋਈ ਫਾਇਦਾ ਨਹੀਂ ਸੀ, ਕੰਪੈਨੀਅਨ ਚਾਹੀਦੀ ਸੀ ਅਤੇ ਹੋਰ ਤਰੀਕੇ ਸ਼ਾਇਦ ਕੰਪੈਨੀਅਨ ਦੇ। ਆਈ ਐਮ ਸਰਪ੍ਰਾਈਜ਼ ਬਿਕੋਜ਼ ਮੈਨੂੰ ਇਹ ਧਿਆਨ ਨਹੀਂ ਆਇਆ ਸੀ। ਐਂਡ ਦੂਜਾ ਇਹ ਹੈ ਕਿ ਯੂਨੋ ਨੀਡ ਵਾਲੀ ਮੈਰਿਜ ਲੱਗਦੀ ਹੈ, ਇਹਨਾਂ ਨੂੰ ਇੱਕ ਕੰਪੈਨੀਅਨ ਦੀ ਲੋੜ ਸੀ, ਉਹਨਾਂ ਨੂੰ ਪੈਸਿਆਂ ਦੀ ਅਤੇ ਉਸ ਜਿਵੇਂ ਗੁਰਦੀਪ ਜੀ ਨੇ ਕਿਹਾ ਕਿ ਉਸ ਹਾਲਾਤਾਂ 'ਚੋਂ ਨਿਕਲਣ ਦੀ ਜ਼ਰੂਰਤ ਸੀ। ਸੋ ਇਸੇ ਹਾਲਾਤ ਵਿੱਚ ਇਸ ਵੇਲੇ ਸਿੰਸ ਇਟਸ ਨੋਟ ਵਰਕਿੰਗ, ਯੂਨੋ ਅਗਰ ਇਹ ਇੰਨੇ ਪਰੇਸ਼ਾਨ ਨੇ ਤਾਂ ਡੈਫੀਨੇਟਲੀ ਉਹ ਵੀ ਪਰੇਸ਼ਾਨ ਹੋਏਗੀ। ਸੋ ਕੀ ਹੱਲ ਹੈਗਾ ਇਹਦਾ, ਕੀ ਤੁਸੀਂ ਸੁਜੈਸਟ ਕਰਦੇ ਹੋ ਜ਼ਰੂਰ ਦੱਸੋ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਲੈਟ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਮੈਂ ਮਨੀ ਬੋਲ ਰਿਹਾ। ਥੈਂਕ ਯੂ ਸੋ ਮਚ ਫੋਰ ਕਾਲਿੰਗ ਮਨੀ ਜੀ, ਆਈ ਰੀਅਲੀ ਐਪਰੀਸ਼ੀਏਟ ਯੂਰ ਕਾਲਸ ਅਤੇ ਤੁਹਾਡੀ ਈਮੇਲਸ ਵੀ। ਈਵਨ ਜਦੋਂ ਮੈਨੂੰ ਨਹੀਂ ਚਾਂਸ ਲੱਗਦਾ ਵਾਪਸ ਜਵਾਬ ਯੂਨੋ ਦੇਣ ਦਾ, ਜਸਟ ਨੋ ਕਿ ਮੈਂ ਜਿਹੜਾ ਸੀਕਰ ਹੁੰਦਾ ਉਹਨਾਂ ਨੂੰ ਜ਼ਰੂਰ ਤੁਹਾਡਾ ਮੈਸੇਜ ਦੇ ਦਿੰਦੀ ਹਾਂ। ਥੈਂਕ ਯੂ ਸੋ ਮਚ, ਥੈਂਕ ਯੂ, ਇਟਸ ਅ ਪਲੇਜ਼ਰ ਟਾਕਿੰਗ ਟੂ ਯੂ। ਹਾਂਜੀ ਦੱਸੋ ਅੱਜ ਕੀ ਕਹਿੰਦੇ ਹੋ? ਮੈਨੂੰ ਅੱਜ ਤਾਂ ਮੈਨੂੰ ਹੈ ਕਿ ਇਹ ਵਨ ਸਾਈਡਡ ਸਟੋਰੀ ਹੁੰਦੀ ਹੈ ਜਦ ਵੀ ਤੁਸੀਂ ਕੋਈ ਪ੍ਰੈਜ਼ੈਂਟ ਕਰਦੇ ਹੋ ਨਾ। ਐਬਸੋਲੂਟਲੀ, ਮੋਸਟਲੀ ਇਟ ਇਜ਼ ਵਨ ਸਾਈਡਡ ਜੀ, ਬਿਲਕੁਲ। ਤੇ ਉਹਦੇ ਲਈ ਸਾਡੀ ਜਜਮੈਂਟ ਮੇ ਬੀ ਰਾਈਟ ਹੋਏ, ਮੇ ਬੀ ਰੋਂਗ ਹੋਏ। ਤੇ ਸੇਮ ਇਜ਼ ਇਨ ਦਿਸ ਕੇਸ। ਤੇ ਮੈਨੂੰ ਤੇ ਇਨਫੈਕਟ ਸਿੰਪਥੀ ਹੈ, ਇੱਕ ਗਰੀਬ ਘਰ ਦੀ ਕੁੜੀ ਲੈ ਕੇ ਆਏ ਹੈ, ਫਿਰ ਉਹ ਸਾਰੇ ਮਤਲਬ ਕੱਢਣਾ ਮੈਨੂੰ ਠੀਕ ਨਹੀਂ ਲੱਗ ਰਿਹਾ। ਥੋੜਾ ਉਹਨੂੰ ਸਮਝਾਉਣਾ ਚਾਹੀਦਾ ਕਿ ਇਹ US ਹੈਗਾ, ਇੱਥੇ ਤੁਸੀਂ ਕਿਸੇ 60 ਸਾਲ ਦੇ ਬੰਦੇ ਨੂੰ ਕੁੱਟੋ ਤੇ ਪੁਲਿਸ ਫੜ ਕੇ ਲੈ ਜਾਏਗੀ, ਜੇਲ੍ਹ ਹੋ ਜਾਏਗੀ। ਤੇ ਉਹਨੂੰ ਲਾਅ ਦਾ ਦੱਸੋ ਕਿ ਇਹ ਤੇ ਸ਼ੁਕਰ ਕਰ ਤੇਰੀ ਕੰਪਲੇਂਟ ਨਹੀਂ ਕਰ ਰਿਹਾ ਕੋਈ, ਕੰਪਲੇਂਟ ਕਰੇਗੀ ਉਸੇ ਟਾਈਮ ਉਹਨੂੰ ਅਰੈਸਟ ਕਰਕੇ ਲੈ ਜਾਣਗੇ। ਅਗਰ ਉਹਨੂੰ ਇੰਨੀ ਗੱਲ ਹੀ ਦੱਸ ਦੇਣ ਤੇ ਉਹ ਠੀਕ ਹੋ ਜਾਏਗੀ। ਬਾਕੀ ਤੇ ਗਰੀਬ ਘਰ ਦੀ ਕੁੜੀ ਨੂੰ ਇਸ ਤਰ੍ਹਾਂ ਕੱਢਣਾ ਠੀਕ ਨਹੀਂ ਲੱਗਾ, ਜਾਂ ਤੇ ਪੈਸੇ ਦੇ ਕੇ ਉਹਨੂੰ ਕੁਛ ਉਹਦਾ ਅਗਰ ਭੇਜਣਾ ਵੀ ਹੈ ਤੇ ਉਹਨੂੰ ਕੁਛ ਮਤਲਬ ਇੱਦਾਂ ਬੇਇੱਜ਼ਤ ਕਰਕੇ ਨਹੀਂ ਭੇਜਣਾ ਚਾਹੀਦਾ ਜੀ, ਥੋੜਾ ਜਿਹਾ ਚੰਗੀ ਤਰ੍ਹਾਂ। ਮਨੀ ਜੀ ਸਹੀ ਕਹਿੰਦੇ ਹੋ, ਕਿਉਂਕਿ ਯੂਨੋ ਮੇਰਾ ਪਹਿਲਾ ਇਹੀ ਸੀਗਾ ਕਿ ਤੁਸੀਂ ਉਹਨੂੰ ਕੁਝ ਵਾਰਨਿੰਗ ਦਿਓ, ਕੁਝ ਹੋ ਕਰੋ ਕਿ ਵੀ ਇੰਜ ਹੋ ਜਾਏਗਾ। ਮੇ ਬੀ ਸ਼ੀ ਇਜ਼ ਨਾਟ ਅ ਲਾ, ਹਾਂਜੀ ਐਜੂਕੇਟਿਡ ਨਹੀਂ ਹੈ ਇਸ ਕੰਟਰੀ ਦੇ ਰੂਲਸ। ਸਮਵਨ ਕਾਲ ਦ ਪੁਲਿਸ, ਸ਼ੀ ਵਿਲ ਬੀ ਅਰੈਸਟਡ, ਦੇ ਉਹਨੂੰ ਹੱਥਕੜੀ ਪਾ ਕੇ ਲੈ ਜਾਣਗੇ ਉਹਨੂੰ ਉਸੇ ਟਾਈਮ। ਐਂਡ ਉਹੀ ਕਿ ਨੀਡ ਦੋਨਾਂ ਦੀ ਸੀਗੀ ਇਸ ਵੇਲੇ ਖਾਲੀ, ਉਹਦੇ ਸਹੀ ਕਹਿ ਰਹੇ ਹੈ ਸੁਦਰਸ਼ਨ ਜੀ ਵੀ ਕਿ ਦੋਨਾਂ ਦੀ ਹੈਗੀ ਹੈ, ਜੇ ਉਹਨਾਂ ਨੇ ਗਲਤੀ ਕੀਤੀ ਹੈ ਮਤਲਬ ਕੁਝ ਤੇ ਫਰਸਟ੍ਰੇਸ਼ਨ ਹੋਈ ਹੈ। ਫਰਸਟ੍ਰੇਸ਼ਨ ਐਗਜ਼ੈਕਟਲੀ, ਇਟ ਇਜ਼ ਵਨ ਸਾਈਡਡ ਹੈ ਨਾ ਸਟੋਰੀ, ਸੋ ਵੀ ਡੋਨਟ ਨੋ ਵਾਈ ਸ਼ੀ ਇਜ਼ ਸੋ ਫਰਸਟ੍ਰੇਟਿਡ। ਹਾਂ, ਐਂਡ ਓਵਰਆਲ ਦੇਖਿਆ ਜਾਏ ਥੋੜਾ ਯੂਨੋ, ਤੇ ਤੁਸੀਂ ਸਹੀ ਕਹਿੰਦੇ ਹੋ ਇਸ ਮੰਚ ਦਾ ਇਨ ਅ ਵੇ ਮੈਂ ਕਹਿੰਦੀ ਹਾਂ ਕਿ ਇੱਕ ਯੂਨੀਕ ਐਸਪੈਕਟ ਹੈ ਕਿ ਵਨ ਸਾਈਡ ਸਟੋਰੀ ਹੀ ਸਾਨੂੰ ਪਤਾ ਹੁੰਦੀ ਹੈ, ਉਹਦੇ ਫਾਇਦੇ ਨੁਕਸਾਨ ਦੋਨੋਂ ਹੀ ਹੈ।
ਫਾਇਦਾ ਇਹ ਵੀ ਹੈ ਕਿ ਕੋਈ ਵੀ ਸਾਡੇ ਨਾਲ ਆਪਣਾ ਗੱਲ ਆਪਣੀ ਖੋਲਦਾ ਹੈ। ਜੀ ਜੀ ਮੈਂ ਨੋ ਆਈ ਐਮ ਟੇਕਿੰਗ ਦਿਸ ਮੂਮੈਂਟ ਟੂ ਐਕਸਪਲੇਨ ਟੂ ਐਵਰੀਵਨ। ਐਂਡ ਉਹਦੇ ਨੁਕਸਾਨ ਵੀ ਇਹ ਹੈ ਕਿ ਮੇਰਾ ਇੱਕ ਕਈ ਕਈ ਜਦੋਂ ਕੇਸਿਸ ਆਉਂਦੇ ਆ ਨਾ ਉਹਦੇ ਨਾਲ ਇੱਕ ਤਸੱਲੀ ਜੀ ਨਹੀਂ ਹੁੰਦੀ ਕਿ ਮੈਨੂੰ ਪੂਰੀ ਸਿਚੁਏਸ਼ਨ ਇਹ, ਕਿਉਂਕਿ ਮੈਂ ਤੁਹਾਨੂੰ ਜਿਵੇਂ ਪਹਿਲੇ ਕਿਹਾ ਕਿ ਦੋ ਕਾਲਸ ਹੋਈਆਂ ਅਤੇ ਉਹਦੇ ਵਿੱਚ ਇੱਕ ਵਿੱਚ ਕੰਸਿਸਟੈਂਸੀ ਜਿਹੜੀ ਨਹੀਂ ਸੀਗੀ ਜਿਹਦੇ ਕਰਕੇ ਮੇਰੇ ਵੀ ਥੋੜ੍ਹੇ ਯੂ ਨੋ ਆਈ ਵਾਜ਼ ਲਿਟਲ ਅਨਸਰਟਨ। ਨਹੀਂ ਤਾਂ ਇੱਕ ਭਰੋਸਾ ਲੈ ਕੇ ਪੂਰਾ ਸੀਕਰ ਜੋ ਵੀ ਆਉਂਦਾ ਉਹਦੇ 'ਤੇ ਸਵਾਲ ਕਰੀਦਾ। ਬਟ ਥੈਂਕ ਯੂ ਸੋ ਮਚ ਮਨੀ ਜੀ, ਇਨ ਕੇਸ ਯੂ ਥਿੰਕ ਆਫ ਸਮਥਿੰਗ ਐਲਸ ਲੈਟ ਮੀ ਨੋ। ਜੀ ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਆਂਟੀ ਜੀ, ਦੱਸੋ ਕੀ ਕਹਿੰਦੇ ਹੋ। ਮੈਂ ਤਾਂ ਕੀ ਕਹਾਂ ਬੇਟੇ, ਥੈਂਕ ਯੂ ਤੇਰਾ, ਜਿਹੜੇ ਇੰਨੇ ਲੋਕਾਂ ਦੀਆਂ ਪ੍ਰੋਬਲਮ ਲਿਆਣੀ ਸੋਲ ਹੁੰਦੀਆਂ ਨੇ। ਮੈਂ ਤੇ ਕਹਾਂਗੀ ਹੁਣ ਉਹ ਕਹਿ ਕੇ ਗਏ ਨਾ ਪੁਲਿਸ ਨੂੰ ਕਹੋ, ਤੁਹਾਨੂੰ ਪਤਾ ਤੁਸੀਂ ਬੈਠੇ ਇਹਨਾਂ ਚੀਜ਼ਾਂ 'ਚ ਰੋਜ਼ ਬੈਠੇ ਹੋ, ਜੇ ਪੁਲਿਸ ਨੂੰ ਨਹੀਂ ਕਹੇਗਾ ਉਹ ਤੈਨੂੰ ਲੈ ਜਾਣਗੇ, ਪ੍ਰੋਬਲਮ ਅਗਰ ਨਵੀਂ ਹੋਰ ਵੱਧ ਜਾਏਗੀ। ਬਿਲਕੁਲ ਹੈ ਨਾ, ਫਿਰ ਵੀ ਇਸੇ ਨੂੰ ਇਹਨੂੰ ਫਿਰ ਉਹ ਬੰਦੇ ਨੂੰ ਹੀ ਅੱਗੋਂ ਭੋਗਣਾ ਪੈਣਾ। ਫਿਰ ਉਹ ਪਿੱਛੇ ਗਰੀਬ ਪਹਿਲੇ ਨੰਬਰ ਤਾਂ ਜਦੋਂ ਇੰਨੀ ਏਜ ਸੀ, ਬੱਚੇ ਸੀ, ਤਾਂ ਦੂਜਾ ਸਟੈਪ ਨਹੀਂ ਸੀ ਲੈਣੇ, ਜੇ ਲੈ ਲਿਆ ਕਿਸਮਤ ਚੱਕਰ ਹੁੰਦੇ ਨੇ ਪੈ ਜਾਂਦੇ ਨੇ ਹਰ ਬੰਦੇ ਨੂੰ, ਤਾਂ ਉਸ ਕੁੜੀ ਨੂੰ ਚਾਹੀਦਾ ਹੈ ਵੀ ਇੱਦਾਂ ਨਾ ਕਰੇ, ਭਾਵੇਂ ਆਪ ਤੋਂ ਵੱਡੀ ਉਮਰ ਦਾ ਹੈ, ਕੋਈ ਗੱਲ ਨਹੀਂ, ਰਲ ਮਿਲ ਕੇ ਰਹਿਣ, ਟਾਈਮ ਪਾਸ ਕਰਨ। ਦੂਜਾ ਉਹਨੂੰ ਪੁਲਿਸ ਦੀ ਕਾਲ ਕਰਨ ਨਾਲ ਉਹਨਾਂ ਬੇਟੇ ਬਹਿ ਕੇ ਸਮਝਾਏ ਵੀ ਕਾਨੂੰਨ ਇੱਥੋਂ ਦਾ ਇਹੋ ਜਿਹਾ ਹੈਗਾ, ਤੂੰ ਲੜਿਆ ਨਾ ਕਰ, ਗਲਤ ਨਾ ਬੋਲਿਆ ਕਰ, ਕੋਈ ਚੀਜ਼ ਤੈਨੂੰ ਚਾਹੀਦੀ ਤੇ ਮੈਂ ਲੈ ਕੇ ਆ ਦਿੰਦਾ, ਜਿਵੇਂ ਕਹੇਂਗੀ ਕਵਾਂਗਾ, ਇਹ ਕਲੇਸ਼ ਨਾ ਕਰੀਏ ਆਪਾਂ ਘਰ ਦੋ ਜਾਣੇ, ਮੈਂ ਤੇ ਜੇ ਰੌਣਕ ਪਿੱਛੇ ਤੈਨੂੰ ਲਿਆਂਦਾ ਤਾਂ ਤੂੰ ਇਸ ਤਰ੍ਹਾਂ ਕਰ ਹੀ, ਹੋ ਸਕਦਾ ਉਹਦੇ ਦਿਮਾਗ 'ਚ ਕੋਈ ਗੱਲ ਪੈ ਜਾਵੇ। ਪੁਲਿਸ ਨੂੰ ਤਾਂ ਆਪਾਂ ਇੱਕ ਸੈਕਿੰਟ ਨਹੀਂ ਲੱਗਦਾ, ਉਹ ਤਾਂ ਉਸੇ ਵੇਲੇ ਉਹਨੂੰ ਲੈ ਜਾਣਗੇ, ਅਗਲੀ ਪ੍ਰੋਬਲਮ ਕੌਣ ਸਾਂਭੇਗਾ। ਬਿਲਕੁਲ ਆਂਟੀ ਜੀ, ਨਾਲੇ ਮਨੀ ਜੀ ਨੇ ਜੋ ਕਿਹਾ ਹੈ ਨਾ, ਉਹਨਾਂ ਨੇ ਇਹ ਨਹੀਂ ਕਿਹਾ ਕਿ ਪੁਲਿਸ ਨੂੰ ਬੁਲਾਓ, ਕਹਿੰਦੇ ਕਿ ਉਹਨੂੰ ਕੋਈ ਦੱਸੇ ਕਿ ਇੰਜ ਨਾ ਕਰੇ, ਕਿਉਂਕਿ ਉਹਦੇ ਨਾਲ ਉਹਨੂੰ ਆਪ ਸਮਝਾਵੇ, ਉਹਨੂੰ ਸਮਝਾਏ, ਆਪ ਇਹ ਸਮਝਾਏਗਾ ਨਾ ਉਹਦੇ ਦਿਮਾਗ 'ਚ ਗੱਲ ਪੈ ਜਾਏਗੀ। ਆਈ ਹੋਪ ਸੋ, ਬਿਲਕੁਲ ਬਿਲਕੁਲ, ਅਸੀਂ ਇਹੀ ਸਾਰੇ ਉਮੀਦ ਕਰਦੇ ਹਾਂ। ਸਮਝਾਏ ਬਹਿ ਕੇ ਤੂੰ ਐਵੇਂ ਨਾ ਕਰ, ਕੋਈ ਆਪਣਾ ਆਂਢੀ ਗੁਆਂਢੀ ਪੜੋਸੀ ਕਹਿ ਦੇਗਾ, ਕਿਸੇ ਨੂੰ ਸ਼ਿਕਾਇਤ ਕਰੇਗਾ ਤੇ ਆਪਣੀ ਪ੍ਰੋਬਲਮ ਖੜੀ ਹੋ ਜਾਏਗੀ, ਆਪਾਂ ਪਿਆਰ ਨਾਲ ਰਹੀਏ ਤਾਂ ਸਮਝ ਜਾਏਗੀ, ਐਡੀ ਬਮਲੀ ਨਹੀਂ ਹੋਣੀ। ਜੀ ਬਿਲਕੁਲ ਆਂਟੀ ਜੀ, ਥੈਂਕ ਯੂ ਸੋ ਮਚ, ਇਹੀ ਉਮੀਦ ਕਰਦੇ ਹਾਂ ਅਸੀਂ ਬਿਲਕੁਲ ਕਿ ਯੂ ਨੋ ਬੰਦਾ ਜਿਹੜਾ ਜਿਹਨੂੰ ਸਮਝਾਉਣ ਨੂੰ ਕਹਿ ਰਹੇ ਹੋ ਉਹ ਵੀ ਸਮਝੇ, ਔਰ ਜੋ ਸਾਨੂੰ ਪੁੱਛ ਰਹੇ ਨੇ ਉਹ ਵੀ ਆਪਣਾ ਅਹਿਮ ਆਪਣਾ ਬੜਾ ਕੁਛ ਜਿਹੜਾ ਜਿਸ ਕਰਕੇ ਤੁਹਾਡੀਆਂ ਲੜਾਈ ਹੋ ਰਹੀ ਹੈ, ਕਿਉਂਕਿ ਲੜਾਈ ਇੱਕ ਪਾਸੇ ਦੀ ਨਹੀਂ ਹੁੰਦੀ, ਕਦੀ ਵੀ ਨਹੀਂ ਹੁੰਦੀ। ਸੋ ਅਗਰ ਯੂ ਨੋ ਕੋਈ ਮੈਂਟਲ ਇਸ਼ੂਜ਼ ਤਾਂ ਨਹੀਂ ਹੈ, ਮੇਰਾ ਇਹ ਵੀ ਸਵਾਲ ਸੀ ਵੀ ਕਿ ਉੱਪਰ ਥੱਲੇ ਜਾ ਰਿਹਾ, ਨਹੀਂ ਐਸਾ ਕੁਛ ਨਹੀਂ ਹੈ, ਕੁਛ ਨਹੀਂ ਹੈ ਤਾਂ ਫਿਰ ਫਰਸਟ੍ਰੇਸ਼ਨ ਜਿਵੇਂ ਮਨੀ ਜੀ ਨੇ ਕਿਹਾ, ਤਾਂ ਤੁਸੀਂ ਕੋਸ਼ਿਸ਼ ਕਰੋ, ਹੁਣ ਹੋ ਗਿਆ ਨਾ ਗਲਤੀ, ਕਹਿੰਦੇ ਨੇ ਸਾਰੇ ਵੀ ਕਹਿ ਰਹੇ ਨੇ, ਤੁਹਾਨੂੰ ਵੀ ਸ਼ਾਇਦ ਲੱਗ ਰਿਹਾ ਹੋਏ ਕਿ ਗਲਤੀ ਹੋ ਗਈ ਜੀ, ਗਰੀਬ ਘਰ ਦੀ ਕੁੜੀ ਲੈ ਆਏ, ਜ਼ਿਆਦਾ ਡਿਫਰੈਂਸ ਹੈ, ਉਹ ਹੋ ਗਿਆ, ਪਰ ਜੇ ਹੁਣ ਵੀ ਲੱਗ ਰਿਹਾ ਤਾਂ ਛੋੜਨਾ ਤਾਂ ਬੜਾ ਆਸਾਨ ਹੈ, ਪਰ ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਦੇਖ ਲਈਏ ਵੀ ਕੀ ਕਰ ਸਕਦੇ ਹਾਂ, ਆਪਣਾ ਅਹਿਮ ਛੱਡੀਏ, ਪਿਆਰ ਨਾਲ ਗੱਲ ਕਰੀਏ, ਉਹ ਫਰਸਟ੍ਰੇਟਿਡ ਹੈਗੀ ਕਿਉਂ ਫਰਸਟ੍ਰੇਟਿਡ ਹੈ ਉਹਦੀ ਵੀ ਸੁਣੀਏ, ਕਿ ਸਾਰੀ ਉਮਰ ਹੋ ਗਈ ਆਪ ਹੀ ਅਸੀਂ ਯੂ ਨੋ ਕੰਟਰੋਲ ਕਰਨਾ, ਜੋ ਮੈਂ ਚਾਹ ਰਿਹਾ ਉਹੀ ਹੋਏ, ਇਹ ਨਾ ਕਿਤੇ ਬਾਏ ਚਾਂਸ, ਇਟਸ ਅ ਗੁੱਡ ਟਾਈਮ ਟੂ ਇੰਟਰੋਸਪੈਕਟ, ਆਪਣੇ ਆਪ ਦੇ ਅੰਦਰ ਵੀ ਝਾਤੀ ਮਾਰਨ ਦਾ ਅੱਛਾ ਮੌਕਾ। ਔਰ ਜਿਸ ਤਰ੍ਹਾਂ ਆਂਟੀ ਜੀ ਨੇ ਕਿਹਾ, ਕਈ ਚੀਜ਼ਾਂ ਵਾਕਈ ਅਸੀਂ ਲੋਕ ਕਹਿੰਦੇ ਇੰਝ ਨਾ ਕਰ ਲੈਂਦੇ, ਉਂਝ ਨਾ ਕਰ ਲੈਂਦੇ, ਅਸੀਂ ਹੁਣ ਓਵਰ ਦ ਟਾਈਮ ਇੱਥੇ ਦੇਖ ਹੀ ਰਹੇ ਹਾਂ ਕਿ ਬੜਾ ਕੁਛ ਡੈਸਟਿਨਡ ਹੈ, ਇਟ ਵਾਜ਼ ਸਪੋਜ਼ ਟੂ ਬੀ ਲਾਈਕ ਦਿਸ, ਪਰ ਫਿਰ ਅਸੀਂ ਉਹਦਾ ਬਾਰੇ ਕੀ ਕਰਦੇ ਹਾਂ, ਹੋ ਸਕਦਾ ਕੋਈ ਕੋਈ ਲੈਸਨਸ ਹੈਗੇ ਹੈ ਡੈਸਟਨੀ ਵੱਲੋਂ, ਰੱਬੋਂ ਸਾਨੂੰ ਕੋਈ ਲੈਸਨਸ ਕਿਸੇ ਦੇ ਥਰੂ ਮਿਲਣੇ ਹੈ, ਐਂਡ ਫਿਰ ਸਾਡੀ ਜ਼ਿੰਦਗੀ ਸਵਰਨੀ ਹੈ ਜਾਂ ਅਸੀਂ ਉਹਦਾ ਕੀ ਕਰਨਾ ਹੈ ਸਵਾਰਨੀ ਹੈ, ਉਹ ਸਾਰੇ ਮੌਕੇ ਅਸੀਂ ਗਵਾ ਦਿੰਦੇ ਹਾਂ ਜਦੋਂ ਅਸੀਂ ਫਟਾਫਟ ਪਹਿਲੇ ਤਾਂ ਗਲਤੀ ਕੀਤੀ ਫਿਰ ਉਹਨੂੰ ਛੁਟਕਾਰਾ ਲੈਣ ਵਾਸਤੇ ਆਸਾਨ ਕੰਮ ਚੁਣ ਲਿਆ। ਸੋ ਆਈ ਵੁੱਡ ਸੇ ਕਿ ਇਟਸ ਵਰਥ ਇਟ ਕਿ ਕੋਈ ਥੋੜ੍ਹਾ ਜਿਹਾ ਜ਼ਰੂਰ ਪਹਿਲੇ ਐਫਰਟ ਕਰ ਲਈਏ। ਲੈਟ ਮੀ ਟੇਕ ਅਨਦਰ ਕਾਲ ਐਂਡ ਸੀ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ ਅਰਵਿੰਦ ਜੀ। ਹਾਂਜੀ ਸੁਰਜੀਤ ਜੀ, ਕੀ ਹਾਲ ਤੁਹਾਡਾ? ਸਤਿ ਸ਼੍ਰੀ ਅਕਾਲ ਤੇ ਬੜਾ ਬੜਾ ਪਿਆਰ ਇਹ ਤੁਹਾਡਾ ਜਿਹੜਾ ਹੈਗਾ ਨਾ ਬਿਸਰਾ, ਹਾਂਜੀ, ਜਿਵੇਂ ਗਿੱਲ ਭੈਣ ਜੀ ਨੇ ਕਿਹਾ ਮੈਂ ਉਦਾਂ ਹੀ ਮੈਂ ਕਹੂੰਗੀ, ਜੇ ਇਹ ਕੋਈ ਪੁੱਤ ਨੂੰ ਕਾਲ ਕਰਨ ਦਾ ਕੋਈ ਫਾਇਦਾ ਨੀਗਾ ਤੇ ਉਹ ਬੰਦੇ ਨੂੰ ਵੀ ਸਮਝਾਉਣ, ਕੁੜੀ ਨੂੰ, ਫਿਰ ਕੀ ਹੋ ਗਿਆ ਜੇ ਗਰੀਬ ਘਰ, ਇਹ ਗਰੀਬ ਘਰ ਤੇ ਅਮੀਰ ਘਰ ਹੈ, ਕੋਈ ਬਾਹਰੇ ਨੀ ਹੁੰਦੇ ਗੇ ਤੇ ਰੋਟੀਆਂ ਤਾਂ ਦੋ ਹੀ ਖਾਣੀਆਂ ਇੱਥੇ। ਸਹੀ ਕਹਿੰਦੇ, ਸਹੀ ਕਹਿੰਦੇ, ਹਾਂਜੀ ਬਿਲਕੁਲ। ਹੈਲੋ, ਬਿਲਕੁਲ ਬਿਲਕੁਲ, ਸੁਣ ਰਹੇ ਹਾਂ, ਸਾਰੇ ਸੁਣ ਰਹੇ ਹਾਂ ਤੁਹਾਡੀ ਗੱਲ ਸੁਰਜੀਤ ਜੀ। ਹਾਂਜੀ ਹਾਂਜੀ ਹਾਂਜੀ, ਤੇ ਤੁਸੀਂ ਤਾਂ ਬਹੁਤ ਵਧੀਆ ਇਹ ਜੇ ਸੁਝਾਅ ਲਿਆਉਂਦੇ ਹੋ
ਤੇ ਥੋੜੀ ਪੰਸੈਟੀ ਬਣਦੀ ਆ ਤੇ ਮੈਂ ਸਰਜੀਤ ਆਂਟੀ ਬੜਾ ਬੜਾ ਅਰਬਾ ਕਰਵਾ ਪਿਆ। ਬਸ ਮੈਂ ਹੋਰ ਕੁਝ ਨਹੀਂ ਕਹੂੰਗੀ, ਪੁਲਿਸ ਨੂੰ ਕਾਲ ਨਹੀਂ ਕਰਨੀ ਗੀ ਤੇ ਪੁਲਿਸ ਕੁਛ ਨਹੀਂ ਕਰ ਸਕਦੀ, ਉਹਨੂੰ ਜਾਂ ਕੁੜੀ ਆ ਜਾਂ ਮੁੰਡਾ ਲੈ ਜਾਣਗੇ ਤੇ ਸਾਰਿਆਂ ਦੇ ਬਦਨਾਮੀ ਹੋਊਗੀ ਤੇ ਬਦਨਾਮੀ ਤਾਂ ਫਿਰ ਉਹਨਾਂ ਦੀ ਹੋਊਗੀ, ਪਰੇਸ਼ਾਨੀ ਵੀ ਹੋਏਗੀ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ। ਔਰ ਸੁਜੀਤ ਆਂਟੀ ਜੀ ਜਿਹੜਾ ਵੀ ਯੂ نو ਇੰਨਾ ਪਿਆਰ ਭੇਜਦੇ ਆ ਸਾਰਿਆਂ ਵਾਸਤੇ, ਨਾਲ ਨਾਲ ਜੋ ਕਹਿੰਦੇ ਰੋਟੀ ਤੇ ਦੋ ਹੀ ਖਾਣੀ ਹੈ ਜਿੰਨਾ ਅਸੀਂ ਖਾ ਸਕਦੇ ਹਾਂ, ਪਰ ਕਿੱਥੇ ਸਾਡਾ ਲਾਲਚ ਯੂ نو ਖਤਮ ਨਹੀਂ ਹੁੰਦਾ। ਹੁਣ ਜਿਵੇਂ ਜਿੰਨੀ ਕੁ ਵੀ ਹੈ ਉਹੀ ਮਨੀ ਜੀ ਵਾਲੀ ਜਦੋਂ ਅਸੀਂ ਗੱਲ ਕਰ ਲਈਏ ਨਾ ਕਿ ਇੱਕ ਪਾਸੇ ਦੀ ਗੱਲ ਸੁਣੀ ਹੁੰਦੀ ਹੈ, ਪਤਾ ਨਹੀਂ ਹੁੰਦਾ ਕਿੰਨਾ ਕੀ, ਪਰ ਇਹਨਾਂ ਦੇ ਹਿਸਾਬ ਨਾਲ ਕਿ ਪੈਸਾ ਚਾਹੀਦਾ ਉਹਨਾਂ ਨੂੰ, ਲੜਾਈ ਬੜੀ ਵਾਰੀ ਮੈਂ ਕਿ ਕਿਹਦੇ ਕਰਕੇ ਲੜਾਈ ਹੁੰਦੀ ਹੈ, ਮੁੱਦਾ ਕੀ ਹੁੰਦਾ ਵੀ ਇਹਨੂੰ ਫਲਾਣੇ ਭੇਜਣਾ, ਇਹ ਲੈ ਦੇ ਫਲਾਣੇ ਨੇ, ਉਹਦੇ ਵਾਈਫ ਨੇ ਉਹ ਲੈ ਕੇ ਦਿੱਤਾ, ਹਸਬੈਂਡ ਨੇ ਲੈ ਕੇ ਦਿੱਤਾ। ਸੋ ਹਰ ਚੀਜ਼ ਅਗਰ ਮਟੀਰੀਅਲ ਚੀਜ਼ਾਂ ਹੀ ਗਹਿਣਾ ਕੱਪੜਾ ਉਹਦੇ ਵਿੱਚ ਹੀ ਇੰਨਾ ਧਿਆਨ ਹੋਏ ਤਾਂ ਕਿੰਨੀ ਕੁ ਦੇਰ ਜਾਏਗਾ ਨਾ, ਨਾਲ ਤਾਂ ਨਿਭਣਾ ਨਹੀਂ। ਪਰ ਹੋਰ ਇਹਨਾਂ ਨੇ ਵੀ ਜਿਸ ਤਰ੍ਹਾਂ ਦਾ ਵੀ ਜੋ ਵੀ ਡਿਸੀਜਨ ਲਿਆ ਹੁਣ ਨਿਭਾਉਣ ਦੇ ਵਿੱਚ ਫਾਇਦਾ ਹੈ, ਪਰ ਥੋੜ੍ਹੀ ਕੋਸ਼ਿਸ਼ ਕਰਨ 'ਤੇ ਜ਼ਰੂਰ ਬਣਦੀ ਹੈ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹਨ। ਤੁਸੀਂ ਵੀ ਕਾਲ ਜ਼ਰੂਰ ਕਰੋ, ਦੱਸੋ ਮੈਨੂੰ ਕਿ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹ ਰਹੇ ਹੋ। ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋਈ ਹੈ ਇਹਨਾਂ ਨਾਲ ਵੀ ਜਿਨ੍ਹਾਂ ਨੇ ਕੇਸ ਸਾਨੂੰ ਮਤਲਬ ਜਿਨ੍ਹਾਂ ਨੇ ਆਪਣੀ ਸਿਚੁਏਸ਼ਨ ਸ਼ੇਅਰ ਕੀਤੀ ਹੈ, ਉਹ ਕਹਿੰਦੇ ਨੇ ਕਿ ਬੜੀ ਇਸ ਤਰ੍ਹਾਂ ਦੀ ਵੀ ਪ੍ਰੋਬਲਮ ਕਈ ਵਾਰੀ ਬੋਲੇਗੀ ਲੜਾਈ ਦੇ ਵਿੱਚ ਕਿ ਕੋਈ ਪਹਿਲੇ ਜਿਵੇਂ ਕੋਈ ਰਿਸ਼ਤਾ ਹੋਇਆ ਸੀ ਹੋ ਰਿਹਾ ਸੀ ਯੂ نو ਮੈਂ ਉੱਥੇ ਹੀ ਵਿਆਹ ਕਰ ਲੈਂਦੀ, ਮੈਂ ਉਹ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਬੜਾ ਸਟਰੋਂਗ ਹੈ, ਸੋ ਦੂਜੇ ਉਹਦੇ 'ਤੇ ਆਪਣੀ ਵੋਟੀ ਨੂੰ ਹੁਣ ਜਿਹੜੀ ਉਹਦੀ ਵੋਟੀ ਹੈ ਉਹਨੂੰ ਤਾਂ ਇਹ ਲੈਤਾ, ਸੋ ਬੇਸਿਕਲੀ ਫੋਕਸ ਉਹਦਾ ਜ਼ਿਆਦਾ ਚੀਜ਼ਾਂ ਦੇ ਉੱਤੇ ਹੀ ਹੈ। ਸੋ ਇਹਨਾਂ ਦਾ ਕਹਿਣਾ ਕਿ ਆਪ ਬੜੇ ਲੇਜ਼ੀ ਵੀ ਹੈ, ਕੰਮ ਨਹੀਂ ਕਰਦੀ ਯੂ نو ਮੈਂ ਕਹਿੰਦਾ ਕਿ ਐਕਸਰਸਾਈਜ਼ ਕਰੇ, ਬਾਹਰ ਵਾਕ ਕਰੇ, ਅਤੇ ਉਹ ਵੀ ਨਹੀਂ ਕਰਨੀ। ਸੋ ਯੂ نو ਦੀਜ਼ ਆਰ ਦਾ ਨਿਊ ਥਿੰਗਸ ਵਿਚ ਹੀ ਸੈਡ। ਸੋ ਲੈਟ ਮੀ ਸੀ ਸਾਰੇ ਕੀ ਕਹਿ ਰਹੇ ਹਨ, ਤੁਸੀਂ ਵੀ ਜ਼ਰੂਰ ਕਾਲ ਕਰਕੇ ਦੱਸੋ ਤੁਹਾਡਾ ਕੀ ਖਿਆਲ ਹੈ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਹੋ? ਮੈਂ ਰੂਬੀ ਬੋਲਦੀ ਹਾਂ ਜੀ। ਹਾਂਜੀ 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 ਰੂਬੀ ਦੱਸੋ ਕੀ ਕਹਿੰਦੇ ਹੋ। ਭੈਣ ਜੀ ਮੈਂ ਤੁਹਾਡਾ ਸ਼ੋਅ ਹਮੇਸ਼ਾ ਸੁਣਦੀ ਹਾਂ ਪਰ ਕਦੇ ਕਾਲ ਨਹੀਂ ਕੀਤੀ। ਜਿਹੜਾ ਅੱਜ ਦਾ ਮਸਲਾ ਸੇਮ ਸਟੋਰੀ ਪਹਿਲਾਂ ਵੀ ਅਸੀਂ ਇੱਥੇ ਇੱਕ ਸੁਣੀ ਆ ਸਾਡੇ ਬਹੁਤ ਬੋਏਫ੍ਰੈਂਡ ਸੀ ਉਹਨਾਂ ਦੀ ਸੀ। ਅੱਛਾ ਇਹ ਜੇ ਤੁਸੀਂ ਏਜ ਦਾ ਡਿਫਰੈਂਸ ਸਾਰੇ ਕਹਿ ਰਹੇ ਆ ਉਹਨਾਂ ਨੂੰ ਪਹਿਲਾਂ ਉਹਦੇ ਨਾਲ ਕਿਹੜਾ ਏਜ ਲੁਕੋਈ ਹੋਣੀ, ਪਹਿਲਾਂ ਤਾਂ ਦੱਸਿਆ ਹੀ ਹੋਊਗਾ ਰਾਈਟ। ਹਾਂਜੀ ਬਿਲਕੁਲ। ਤੇ ਇਹ ਸਿਰਫ ਉਹ ਕੁੜੀ ਨੇ ਆਪਦਾ ਘਰ ਪਾਲਣਾ ਜਾਂ ਤਾਂ ਪਹਿਲਾਂ ਕੋਈ ਇਸ ਤਰ੍ਹਾਂ ਕੰਟਰੋਲ ਰੱਖਦੇ ਜਿੰਨੀ ਕੁ ਲੋੜ ਸੀ ਉਹਨਾਂ ਕਰਦੇ, ਪਰ ਹੁਣ ਇਹਨਾਂ ਨੇ ਪਾ ਲਈ ਗੇਜ ਤੇ ਉਹਨੇ ਹੁਣ ਇੱਕ ਕਿਸਮ ਦੀ ਇਹਨਾਂ ਨੇ ਕੀ ਕਹਿੰਦੇ ਹੁੰਦੇ ਨਾ ਸੋਨੇ ਆਂਡੇ ਦੇ ਵਾਲੀ ਮੁਰਗੀ, ਉਹ ਗੱਲ ਹੋਈ ਸੀ। ਗੱਲ ਸਮਝੇ ਜੀ? ਜੀ ਹੋਰ ਖੋਲ ਕੇ ਦੱਸੋ ਤੁਸੀਂ ਸਾਰਿਆਂ ਨੂੰ ਸਮਝ ਆ। ਹਾਂ ਜੀ ਮਤਲਬ ਇਸ ਤਰ੍ਹਾਂ ਦਾ ਸੇਮ ਕੇਸ ਪਹਿਲਾਂ ਇੱਥੇ ਸਾਡੇ ਹੋ ਕੇ ਹਟਿਆ। ਉਹ ਵੀ ਕੁੜੀ ਸਿਰਫ ਉਹਦੀ ਪਿੱਛੇ ਗੱਲਬਾਤ ਕਿਸੇ ਨਾਲ ਹੋਰ ਸੀ, ਉਹ ਬਹੁਤ ਲੜਾਈ ਪਾਉਂਦੀ ਸੀ, ਨਿਤ ਕੁਛ ਨਾ ਕੁਛ ਗਾਲਾਂ ਕੱਢਦੀ ਸੀ ਆਪਦੇ ਘਰ ਵਾਲੇ ਨੂੰ। ਫਿਰ ਉਹਨੂੰ ਬਸ ਅਕਸਰ ਉਹਨੇ ਡਾਈਵੋਰਸ ਹੀ ਲਿਆ ਸੀ ਜਿਹੜਾ ਉੱਥੇ ਮੁੰਡਾ ਕੇਰਾਂ ਇੱਥੇ ਪੱਕੀ ਹੋ ਗਈ, ਡਾਈਵੋਰਸ ਲੈ ਲਿਆ ਭਾਈ ਤੋਂ ਲੜ ਲੁੜ ਕੇ ਫਿਰ ਆਦੋ ਲਿਆਂਦਾ ਜਿਹੜਾ ਉੱਥੇ ਪਿੱਛੇ। ਸੋ ਇਹਨਾਂ ਨੂੰ ਕੀ ਕਹਿੰਦੇ ਹੋ ਫਿਰ ਉਹ ਨਾ, ਤੁਹਾਨੂੰ ਕੀ ਲੱਗਦਾ? ਸੋ ਭੈਣ ਜੀ ਡੇਢ ਸਾਲ ਦੇ ਵਿੱਚ ਤਾਂ ਨਹੀਂ ਨਾ ਲੜਾਈ ਹੋ ਸਕਦੀ, ਉਹ ਤਾਂ ਜੇ ਹੁਣ ਏਜ ਦਾ ਫਰਕ ਹੈ ਜਿਵੇਂ ਸਾਰੇ ਕਹਿ ਰਹੇ ਏਜ ਦਾ ਫਰਕ, ਉਹ ਤਾਂ ਪਹਿਲੇ ਦਾ। ਹਾਂਜੀ ਉਹ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਜਦੋਂ ਵਿਆਹ ਕੀਤਾ ਰਾਈਟ। ਉਹ ਠੀਕ ਹੈ ਪਰ ਉਹ ਕਹਿੰਦੇ ਨੇ ਨਾ ਕਿ ਜਦੋਂ ਇਕੱਠੇ ਰਹੋ ਨਾ ਪ੍ਰੋਪਰਲੀ ਤੇ ਉਹ ਜਿਹੜੀ ਫਰਸਟ੍ਰੇਸ਼ਨਸ ਅਸੀਂ ਗੱਲ ਕਰ ਰਹੇ ਹਾਂ ਕਿ ਸ਼ਾਇਦ ਪੂਰੀ ਨਹੀਂ ਪੈਂਦੀ, ਉਹਦੀਆਂ ਨੀਡਸ ਨਹੀਂ ਪੂਰੀਆਂ ਹੁੰਦੀਆਂ। ਇਹ ਕਹਿੰਦੇ ਮੈਂ 8-10 ਘੰਟੇ ਕੰਮ ਕਰਕੇ ਆਉਂਦਾ ਆ ਕਿ ਫਿਰ ਉਹਨੂੰ ਲੈ ਕੇ ਜਾਂਦਾ, ਉਹਨੂੰ ਘੁਮਾਉਣ ਵੀ ਜਾਂਦਾ। ਸੋ ਉਹ ਜਿਹੜੀ ਐਨਰਜੀ ਡਿਫਰੈਂਸ ਵੀ ਹੁੰਦੀ ਨਾ ਉਹਦੀ ਅਸੀਂ ਗੱਲ ਕਰਦੇ ਹਾਂ। ਏਜ ਡਿਫਰੈਂਸ ਦਾ ਇਹ ਨਹੀਂ ਕਿ ਪਤਾ ਨਹੀਂ ਹੁੰਦਾ, ਨੰਬਰ ਪਤਾ ਹੁੰਦਾ, ਪਰ ਜਦੋਂ ਰਹਿ ਕੇ ਦੇਖੋ ਤਾਂ ਪਤਾ ਲੱਗਦਾ ਕਿ ਐਨਰਜੀ ਡਿਫਰੈਂਸ ਇੰਨਾ ਕਾਫੀ ਡਿਫਰੈਂਟ ਹੁੰਦਾ। ਠੀਕ ਹੈ ਬਿਲਕੁਲ ਠੀਕ। ਥੈਂਕ ਯੂ ਸੋ ਮਚ ਜੀ, ਇਸੇ ਤਰ੍ਹਾਂ ਕਾਲ ਕਰਦੇ ਰਿਹਾ ਕਰੋ। ਮੈਂ ਇਹਨਾਂ ਨੂੰ ਪੁੱਛਦੀ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਹਾਂਜੀ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ, ਕੀ ਕਹੋਗੇ ਸੁਰਿੰਦਰ ਜੀ? ਮੈਂ ਕਹਾਂਗੀ ਕਿ ਉਹਦਾ ਰਹਿਣ ਦਾ ਮਤਲਬ ਨਹੀਂ ਹੈਗਾ ਇਹਨਾਂ ਦੇ ਨਾਲ। ਅੱਛਾ, ਉਹ ਸਿਰਫ ਤੰਗ ਕਰਦੀ ਹੈ ਇਹਨਾਂ ਨੂੰ ਇਸੇ ਕਰਕੇ ਸਾਰਾ ਕੁਝ, ਪੈਸੇ ਵੀ ਲੈ ਰਹੀ ਹੈ, ਗਹਿਣੇ ਵੀ ਲੈ ਰਹੀ ਹੈ, ਉਹਨੂੰ
ਇੱਦਾਂ ਨਹੀਂ ਪਤਾ ਹੈਗਾ ਕਿ ਮੇਰੇ ਆਦਮੀ ਆ, ਮੇਰੇ ਨਾਲ ਪਿਆਰ ਹੈਗਾ ਆ ਜਾਂ ਕੁਛ ਵੀ, ਇਹ ਉਹਦੇ ਦਿਮਾਗ ਵਿੱਚ ਗੱਲ ਨਹੀਂ ਹੈਗੀ। ਉਹ ਸਿਰਫ ਇਹੀ ਆ ਕਿ ਮੈਂ ਪੈਸੇ ਲਈ ਜਾ ਰਹੀ ਹਾਂ, ਪਿੱਛੇ ਨੂੰ ਭੇਜ ਰਹੀ ਹਾਂ। ਇੱਕ ਬੰਦਾ ਇਹ ਸੋਚਦਾ ਵੀ ਗਰੀਬ ਘਰ ਦੀ ਕੁੜੀ ਆ ਕੇ ਇੰਨਾ ਕੁਛ ਉਹਨਾਂ ਨੂੰ ਟਾਰਚਰ ਕਰਦੀ ਹੈ ਨਾ, ਸਹੀ ਤਾਂ ਉਹਦੇ ਵਾਸਤੇ ਹੈ ਨਹੀਂ, ਤੇ ਉਹਨੇ ਰਹਿਣਾ ਵੀ ਇਹਦੇ ਘਰ ਹੈ ਨੇ, ਕਿਉਂਕਿ ਇਹਨੂੰ ਚਾਹੀਦਾ ਕਿ ਪਹਿਲੇ ਕਹਿ ਦੇ ਚਲੇ ਜਾਵੇ ਤਾਂ ਸਹੀ ਰਹੂਗਾ, ਨਹੀਂ ਤਾਂ ਅੱਗੇ ਹੋਰ ਤੰਗ ਕਰਨ ਵਾਲੀ ਗੱਲਾਂ ਹੈਗੀਆਂ। 7 ਸਾਲ ਦਾ ਬੰਦਾ ਕਿੰਨੀ ਦੇਰ ਕਮਾਏਗਾ? ਉਹ ਸਿਰਫ ਇਹਨਾਂ ਨੂੰ ਖਾਣਾ ਪੀਣਾ ਉਹਦੇ ਦਿਲ ਚ ਇਹੀ ਹੈਗਾ ਕਿ ਜੋ ਕੁਛ ਹੈਗਾ ਮੈਂ ਲੈ ਲਵਾਂ, ਭੇਜ ਦਵਾਂ, ਰਹਿਣਾ ਉਹਨੇ ਫਿਰ ਵੀ ਹੈ ਨੀ, ਦੇਖ ਲਿਓ ਹੋਰ। ਅਗਰ ਰੱਖਣਗੇ ਵੀ, ਕਹਿੰਦੇ ਵੀ ਆ, ਲੋਕੀ ਵੀ ਸਮਝਾਣਗੇ, ਸਮਝਣ ਵਾਲੇ, ਜਿਹੜੀਆਂ ਸਮਝਣ ਵਾਲੀਆਂ ਹੁੰਦੀਆਂ ਤਾਂ ਉਹ ਅਰਵਿੰਦ ਜੀ ਇਹੋ ਜਿਹੇ ਕੰਮ ਨਹੀਂ ਕਰਦੀਆਂ। ਠੀਕ ਹੈ ਸੁਰਿੰਦਰ ਜੀ, ਬਹੁਤ ਵਧੀਆ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਥੈਂਕ ਯੂ ਸੋ ਮਚ, ਮੈਂ ਇਹਨਾਂ ਨੂੰ ਪੁੱਛਦੀ ਹਾਂ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਮੈਂ ਮੱਖਣ ਸਿੰਘ ਜੀ ਬੋਲਦਾ। ਹਾਂਜੀ ਦੱਸੋ। ਮੈਂ ਕਹਿਣਾ ਚਾਹੁੰਦਾ ਜੀ, ਸਾਡੇ ਘਰ ਚ ਵੀ ਆਪਣੇ ਹਕੀਕਤ ਆ, ਉਹ ਦੱਸਣੀ ਮੈਂ ਚਾਹੁੰਦਾ ਤੁਹਾਨੂੰ। ਅੱਛਾ ਜੀ। ਸੇਮ ਹੀ ਆ, ਜਾਨੀ ਜਿੰਨੀਆਂ ਵੀ ਕੁੜੀਆਂ ਆਉਂਦੀਆਂ ਨਾ ਇੱਥੇ, ਜਿੰਨੀਆਂ ਵੀ ਆਉਂਦੀਆਂ, ਕਾਫੀ ਕੁੜੀਆਂ ਦੇਖੀਆਂ ਮੈਂ, 72-73 ਸਾਲ ਦੀ ਮੇਰੀ ਉਮਰ ਆ। ਅੱਛਾ ਜੀ। ਉਹ ਕੁੜੀਆਂ ਪਹਿਲਾਂ ਕੁੱਟਦੀਆਂ ਹੀ ਆ, ਪਹਿਲਾਂ ਆਦਮੀ, ਉਹਨਾਂ ਨੂੰ ਪਤਾ ਨੀ ਹੁੰਦਾ ਇਹਦਾ ਕੀ ਰੱਖ ਰਿਹਾ। ਓਕੇ। ਜਾਨੀ ਸਾਡੇ ਵੀ ਇੱਕ ਘਰ ਚ ਇੱਦਾਂ ਦਾ ਕੇਸ ਹੋਇਆ, ਉਹਦਾ ਮੁੰਡਾ 5 ਮਹੀਨੇ ਪਹਿਲਾਂ ਚਲ ਗਿਆ, ਤੇ ਉਹ ਜਿਹੜੀ ਦੋ ਸਾਡੀ ਉਹ ਵੀ ਚੱਲ ਗਈ ਆ, ਉਹ ਸਿਰਫ ਆਉਂਦੀਆਂ ਪਿੱਛੋਂ ਪੈਸੇ ਕਮਾਓ, ਤੇ ਜਾਂ ਉਹ ਕਹਿਣ ਦਾ ਮਤਲਬ ਪਿਛਾ ਨੂੰ ਭੇਜੀਏ, ਤੇ ਉਹ ਲਾਲਚਣਾ ਆਉਂਦੀਆਂ ਇੱਥੇ ਰਹਿਣ ਲਈ ਆਉਂਦੀਆਂ, ਵੀ ਅਸੀਂ ਜਿੱਥੇ ਮਰਜ਼ੀ ਘੁੱਬੀਏ, ਜਿੱਥੇ ਨਾ ਘੁੱਬੀਏ। ਇਹ ਸਿਧਿੱਤੀ ਭਾਰੀ ਹੈ, ਉਹ ਤਾਂ ਚਲੋ ਸਿਆਣੀ ਉਮਰ ਦਾ ਨਾ ਬਿਛੜ ਗਿਆ, ਸਾਡਾ ਤਾਂ ਮੁੰਡਾ ਵੀ ਬਰਾਬਰ ਦਾ ਉਹਦੇ ਕੁੜੀ ਦੇ। ਇਹ ਜਾਣੀ ਕਹਿਣ ਦਾ ਮਤਲਬ ਐਵੇਂ ਤੇ ਇਸ਼ੇ ਨੂੰ ਕੇਸ ਦੇਣੇ ਚਾਹੀਦੇ ਆ, ਵੀ ਜਿਹੜੀਆਂ ਖਰਾਬ ਕਰਦੀਆਂ ਬੱਚੀਆਂ ਨਾ ਲੋਕਾਂ ਨੂੰ ਆ ਕੇ, ਆਪਾਂ ਤਾਂ ਕਹਿੰਦੇ ਬੱਚੇ ਖਰਾਬ ਕਰਦੇ ਆ ਜੀ, ਘਰ ਆ ਬਾਹਰ ਆ ਸਭ ਕੁਛ, ਸਾਡੇ ਪਰਿਵਾਰ ਆ, ਉਹਨੇ ਸਾਡੀ ਏਡੀ ਧੂੜ ਪੱਟੀ ਆ, ਗੱਲ ਛੱਡ ਦਿਓ। ਜਿਹੜੀ ਇਹ ਵੀ ਕੇਸ ਹੈ ਨਾ, ਇਹ ਵੀ ਜੇ ਬਜ਼ੁਰਗ ਸਿਆਣਾ ਹੋਵੇ ਨਾ, ਜਾਣੀ ਉਹ ਪਿਛਾ ਨੂੰ ਭੇਜੇ ਇੱਥੇ ਨਾ ਰੱਖੇ, ਉਹਨੂੰ ਕੁੱਟਣਾ ਹੀ ਆ, ਬਾਹਰ ਨਿਕਲਣਾ, ਜਾਣਾ ਹੈ ਤੂੰ, ਉਹ ਰਹਿਣ ਨੀ ਆਈ, ਉਹ ਚਾਹੇ ਉਹ 60 ਸਾਲ ਦੇ ਕਿੱਦਾਂ ਰਹਿ ਜਾਊਗੀ ਉਹ। ਜੇ ਸਾਡਾ ਬੁੱਢਾ ਬਰਾਬਰ ਸੀ, ਉਹ ਪਿਆਰ ਲੱਭਦਾ ਸੀ, ਉਹ ਕੁੱਟਦੀ ਸੀ, ਉਹ ਬੁੱਢਾ ਪਹਿਲਾਂ ਚਲੇ ਗਿਆ, ਸਾਡਾ ਬੁੱਢਾ ਸਾਡਾ ਪਹਿਲਾਂ ਚਲੇ ਗਿਆ, ਉਹ ਬਾਅਦ ਚਲ ਗਈ ਆ, ਅਸੀਂ ਦੋਏ ਜੀ ਰਹਿ ਗਏ ਘਰ ਚ। ਜਾਣੀ ਜੇ ਘਰ ਪੈਂਦੀ ਉਹਨੂੰ ਪਤਾ ਹੁੰਦਾ ਕੀ ਚੀਜ਼ ਆ। ਬਹੁਤ ਵਧੀਆ, ਥੈਂਕ ਯੂ ਸੋ ਮਚ, ਐਂਡ ਆਈ ਐਮ ਸੋ ਸੋਰੀ ਕਿ ਤੁਹਾਨੂੰ ਇਸ ਚੋਂ ਨਿਕਲਣਾ ਪਿਆ, ਔਰ ਯੂ ਨੋ ਬੱਚੇ ਵਾਸਤੇ ਇਹ ਸਾਰਾ ਕੁਝ ਦੇਖਣਾ ਬੜਾ ਔਖਾ ਹੈ, ਯੂ ਨੋ ਕਹਿੰਦੇ ਨੇ ਸੇਮ ਉਮਰ ਦੇ ਵਿੱਚ ਵੀ, ਔਰ ਵਾਕਈ ਬੜੇ ਕੇਸਿਸ ਇਹੋ ਜਿਹੇ ਆ ਰਹੇ ਹੈ ਕਿ ਕੁੜੀਆਂ, ਮੁੰਡੇ ਵੀ, ਬਟ ਕੁੜੀਆਂ ਆ ਰਹੀਆਂ ਕਿਸੇ ਪਰਪਸ ਨਾਲ। ਸੋ ਇੱਥੇ ਯੂ ਨੋ ਭਾਵੇਂ ਮਨੀ ਜੀ ਦੀ ਗੱਲ ਬਿਲਕੁਲ ਸਹੀ ਹੈ, ਸਾਡੇ ਕੋਲ ਇੱਕੋ ਸਾਈਡ ਦੀ ਸਟੋਰੀ ਹੈ, ਪਰ ਇੰਨਾ ਸਮਝ ਤਾਂ ਜ਼ਰੂਰ ਆ ਰਹੀ ਹੈ ਕਿ ਨੀਡ ਦੇ ਬੇਸਿਸ ਹੋਰ ਐਵੇਂ ਨੋਰਮਲ ਰਿਸ਼ਤਾ ਤਾਂ ਹੈ ਨਹੀਂ ਹੈ। ਸੋ ਨੀਡ ਬੇਸਿਸ 'ਤੇ ਇਹਨਾਂ ਦੀ ਨੀ ਇੱਕ ਕੋਈ ਜ਼ਰੂਰਤ ਸੀ, ਜਿਹੜੀ ਦੂਜੀ ਦੀ ਉਹਦੀ ਵੀ ਜ਼ਰੂਰਤ ਸੀ ਕਿ ਬਾਹਰ ਨਿਕਲਣਾ ਹੈ, ਜਾਂ ਪੈਸੇ ਚਾਹੀਦੇ ਹੈ, ਜਾਂ ਯੂ ਨੋ US ਅਮੈਰੀਕਾ 'ਚ ਜਾਣਾ ਹੈ, ਗਰੀਬੀ ਤੋਂ ਦੂਰ ਹੋਣਾ, ਜੋ ਵੀ ਸੀਗਾ, ਜੋ ਵੀ ਕਿਤੇ, ਪਰ ਸਾਰਿਆਂ ਦੀ ਇੱਕ ਗੱਲ ਕਾਮਨ ਜ਼ਰੂਰ ਲੱਗੀ ਹੈ ਕਿ ਬੜੀ ਵਾਰੀ ਮੋਸਟਲੀ ਸਾਰੇ ਕਹਿੰਦੇ ਹੈ ਕਿ ਨਿਭਾਓ, ਜਿਵੇਂ ਮੈਂ ਵੀ ਕਹਿ ਰਹੀ ਕਿ ਵਰਥ ਹੈ ਪਹਿਲੇ ਟਰਾਈ ਤਾਂ ਕਰ ਲਓ, ਪਰ ਸੰਭਾਓ ਮੈਨੂੰ ਲੱਗਦਾ ਕਿ ਸਾਰਿਆਂ ਦਾ ਇਹ ਆਉਂਦਾ ਕਿ ਕਰਕੇ ਦੇਖ ਲਓ, ਜੇ ਠੀਕ ਠਾਕ ਹੋ ਜਾਂਦਾ, ਨਹੀਂ ਤਾਂ ਇਸ ਉਮਰ ਦੇ ਵਿੱਚ ਕੀ, ਅਤੇ ਕਿਸੇ ਉਮਰ ਦੇ ਵਿੱਚ ਵੀ, ਹੁਣ ਦੇ ਵਾਸਤੇ ਕਲਚਰ ਇਹੀ ਕਹਿੰਦਾ ਕਿ ਮਰ ਮਰ ਕੇ ਜੀਣਾ ਵਿੱਚ ਕੋਈ ਫਾਇਦਾ ਨਹੀਂ, ਜ਼ਿੰਦਗੀ ਰੱਬ ਦੀ ਦਿੱਤੀ ਹੋਈ ਹੈ, ਜਿੰਨੀ ਹੈਗੀ ਹੈ ਥੋੜ੍ਹੀ ਸੋਹਣੀ ਤਰ੍ਹਾਂ ਬਿਤਾ ਸਕੀਏ। ਸੋ ਇਹ ਖਾਲੀ ਜਿਹੜੇ ਸਾਨੂੰ ਪੁੱਛ ਰਹੇ ਹਾਂ ਉਹਨਾਂ ਵਾਸਤੇ ਹੀ ਨਹੀਂ ਮਾੜਾ, ਦੂਜੀ ਉਹਦੇ ਵਾਸਤੇ ਵੀ ਮਾੜਾ, ਖੁਸ਼ ਤਾਂ ਦੋਨਾਂ 'ਚੋਂ ਕੋਈ ਨਹੀਂ ਤਾਂ ਹੀ ਲੜ ਰਹੇ ਨਾ। ਸੋ ਯੂ ਨੋ ਇਟਸ ਬੈਟਰ ਕਿ ਬੰਦਾ ਆਪਣੀ ਆਪਣੀ ਜਗ੍ਹਾ 'ਤੇ ਵੱਖਰੇ ਵੱਖਰੇ, ਯੂ ਨੋ ਸ਼ਾਇਦ ਉਹਨੂੰ ਵੀ ਕੋਈ ਹੋਰ ਮਿਲ ਜਾਏ, ਜਾਂ ਇਕੱਲੀ ਹੋਏ ਅਤੇ ਜ਼ਿਆਦਾ ਖੁਸ਼ ਹੋਏ, ਅਤੇ ਇਹ ਵੀ ਇਕੱਲੇ ਹੋ ਰਹਿ ਜਾਣਗੇ ਅਤੇ ਜ਼ਿਆਦਾ ਯੂ ਨੋ ਸੁੱਖ ਨਾਲ ਰਹਿਣਗੇ। ਸੋ ਅੱਜ ਦਾ ਤਾਂ ਇਹੀ ਲੱਗਦਾ ਕਿ ਸਾਰਿਆਂ ਦੀ ਸਹਿਮਤੀ ਉਹਦੇ ਦੇ ਵਿੱਚ ਹੈ। ਚਲੋ ਸਾਰੇ ਇਸੇ ਤਰ੍ਹਾਂ ਸਾਥ ਜ਼ਰੂਰ ਦਿੰਦੇ ਰਿਹਾ ਕਰੋ, ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।